ਟਿਵਾਣਾ ਰੇਡੀਓ ਦੇ ਸਤਿਕਾਰ ਸਰੋਤਿਓ, ਜਿਸ ਤਰ੍ਹਾਂ ਆਪਣੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜ਼ਰੂਰ ਇਸ ਨਿਰਾਸ਼ਾ ਦੇ ਇਕਲਾਪੇ ਦੇ ਮਸਲਿਆਂ 'ਤੇ ਗੱਲ ਕੀਤੀ ਜਾਵੇ, ਕਿਉਂਕਿ ਇਹ ਸਮੇਂ ਦੀ ਜ਼ਰੂਰਤ ਹੈ। ਦੁਨੀਆ ਭਰ ਦੇ ਵਿੱਚ ਖੁਦਕੁਸ਼ੀਆਂ ਦਾ ਰੁਝਾਨ ਵੱਧ ਰਿਹਾ, ਪਰ ਪੰਜਾਬ ਦੇ ਭਾਰਤ ਦੇ ਕਿਹੜੇ ਹਿੱਸੇ ਦੇ ਵਿੱਚ ਇਹ ਖੁਦਕੁਸ਼ੀਆਂ ਜ਼ਿਆਦਾ ਹੁੰਦੀਆਂ ਨੇ, ਇਸ ਦੇ ਕੀ ਕਾਰਨ ਨੇ, ਇਸ ਬਾਰੇ ਇੱਕ ਰਿਪੋਰਟ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗਾ। ਅਸੀਂ ਇਸ ਨੂੰ ਇਹ ਨਾ ਲਈਏ ਕਿ ਅਸੀਂ ਬਚੇ ਹੋਏ ਹਾਂ, ਇਹ ਜਿਹੜੀ ਅੱਗ ਸਾਨੂੰ ਬਸੰਤਰ ਨਜ਼ਰ ਆਉਂਦੀਆਂ ਨੇ, ਕੱਲ੍ਹ ਸਾਨੂੰ ਵੀ ਸਾੜਨਾ। ਪੰਜਾਬ ਦੇ ਵਿੱਚ ਮੈਂ ਅਕਸਰ ਜ਼ਿਕਰ ਕਰਦਾ ਹੁੰਦਾ ਕਿ ਮਾਰਚ ਤੋਂ ਸਤੰਬਰ ਤੱਕ ਖੁਦਕੁਸ਼ੀਆਂ ਦਾ ਸੀਜ਼ਨ ਹੁੰਦਾ, ਕਿਉਂਕਿ ਹਾਲਾਤ ਇੱਦਾਂ ਦੇ ਹੁੰਦੇ ਨੇ, ਘਰਾਂ ਦੀ ਵੰਡ, ਦੇਸ਼ਾਂ ਦੀ ਵੰਡ, ਦਿਲਾਂ ਦੀ ਵੰਡ, ਇਹ ਸਾਨੂੰ ਦਿਲਗੀਰੀ ਵੱਲ ਜਾਂਦੀ ਹੈ। ਇਸ ਸੰਬੰਧੀ ਇੱਕ ਗੈਰ ਲਾਭਕਾਰੀ ਸੰਸਥਾ IC3 ਦੀ ਰਿਪੋਰਟ ਹੈ, ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਦੇਸ਼ ਦੇ ਵਿੱਚ ਵਿਦਿਆਰਥੀਆਂ ਦੇ ਵਿੱਚ ਆਤਮ ਹੱਤਿਆ ਦੇ ਮਾਮਲੇ ਲਗਾਤਾਰ ਚਿੰਤਾਜਨਕ ਰੂਪ ਦੇ ਵਿੱਚ ਵੱਧ ਰਹੇ ਨੇ। ਇਸ ਸੰਸਥਾ ਨੇ ਜਿਹੜਾ ਵੱਖ ਵੱਖ ਸੂਬਿਆਂ ਦਾ ਸੂਸਾਈਡ ਰੇਟ ਸਾਹਮਣੇ ਲਿਆਂਦਾ, ਉਸ ਤੋਂ ਸਾਨੂੰ ਸਤਰਕ ਹੋ ਕੇ ਉਹਨਾਂ ਸੂਬਿਆਂ 'ਚ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ। ਇਹਨਾਂ ਸੂਬਿਆਂ ਦੀ ਸਥਿਤੀ ਨੂੰ ਸਮਝ ਕੇ ਜਿਹੜੇ ਸੂਬਿਆਂ 'ਚ ਨਹੀਂ ਹੋ ਰਿਹਾ, ਉਹਨਾਂ ਨੂੰ ਵੀ ਤਿਆਰ ਰਹਿਣ ਦੀ ਜ਼ਰੂਰਤ ਹੈ। ਇਸ ਸੰਬੰਧੀ ਆਤਮ ਹੱਤਿਆ ਮਾਮਲੇ 'ਚ ਆਬਾਦੀ ਵਧਣ ਦੇ ਨਾਲ ਕੁੱਲ ਆਤਮ ਹੱਤਿਆਵਾਂ ਵਧਣ ਦੀ ਦਰ ਨੂੰ ਵੀ ਇਹ ਪਾਰ ਕਰ ਗਏ ਨੇ। ਇਹ ਰਿਪੋਰਟ ਦੱਸਦੀ ਹੈ ਕਿ 2021-22 ਦੇ ਵਿੱਚ ਵਿਦਿਆਰਥੀਆਂ ਦੇ ਵਿੱਚ ਆਤਮ ਹੱਤਿਆ ਦਾ ਰੇਟ 4.2% ਵਧਿਆ। ਜਿਵੇਂ ਜੇ ਪਹਿਲਾਂ 100 ਸੂਸਾਈਡ ਕਰਦਾ ਸੀ, ਹੁਣ ਉਹ 4.5 ਹੋਰ ਵੱਧ ਗਏ ਨੇ, 5 ਬੰਦੇ ਹੋਰ ਵੱਧ ਗਏ ਨੇ 2 ਸਾਲਾਂ 'ਚ 21-22 ਤੱਕ। ਕੁੱਲ ਆਤਮ ਹੱਤਿਆਵਾਂ ਦੇ ਵਿੱਚ 2% ਵਾਧਾ ਹੋਇਆ, ਜਦੋਂ ਕਿ ਵਿਦਿਆਰਥੀਆਂ ਦੇ ਵਿੱਚ 4% ਵਾਧਾ ਹੋਇਆ। ਜਾਣੀ ਵਿਦਿਆਰਥੀ ਦੁੱਗਣੇ ਡਿਪਰੈਸ਼ਨ 'ਚ ਨੇ, ਸਾਡੀ ਜਵਾਨੀ, ਇਹ ਬਹੁਤ ਖਤਰਨਾਕ ਹੈ। ਇਸ ਮਾਮਲੇ 'ਚ ਰਾਜਸਥਾਨ ਦੇ ਕੋਟਾ ਦੇ ਵਿੱਚ ਕੋਚਿੰਗ ਹੱਬ ਜਿਹੜੀ ਹੈ, ਉਸ ਦੇ ਨਾਲੋਂ ਰਾਜਸਥਾਨ ਦੇ ਵਿੱਚ ਕੋਚਿੰਗ ਹੱਬ ਵਾਲੇ ਰਾਜਸਥਾਨ ਦੀ ਜਗ੍ਹਾ ਮਹਾਰਾਸ਼ਟਰ ਖੁਦਕੁਸ਼ੀਆਂ 'ਚ ਅੱਗੇ ਹੈ, ਕਿਉਂਕਿ ਮਹਾਰਾਸ਼ਟਰ ਦਾ ਵਿਦਰਭ ਇਲਾਕਾ ਜਿੱਥੇ ਕਿਸਾਨ ਬਹੁਤ ਜ਼ਿਆਦਾ ਸੂਸਾਈਡ ਕਰਦੇ ਨੇ। ਇਸ ਸੰਬੰਧੀ ਦੇਸ਼ ਦੇ ਵਿੱਚ ਆਤਮ ਹੱਤਿਆ ਦੇ ਬਾਰੇ 1/3 ਮਾਮਲੇ ਇਹਨਾਂ 3 ਰਾਜਾਂ 'ਚ ਜ਼ਿਆਦਾ ਨੇ। ਜਿਸ ਦੌਰਾਨ ਤੁਸੀਂ ਵੇਖਿਆ ਜਾਓ ਕਿ 2022 ਦੇ ਵਿੱਚ ਜਿਹੜੀ ਆਤਮ ਹੱਤਿਆ 'ਤੇ ਉਸਦਾ ਕਿੰਨੇ ਫੀਸਦ ਹੈ, ਕਿ ਕੁੱਲ ਸੂਬਿਆਂ 'ਚ ਸਭ ਤੋਂ ਜ਼ਿਆਦਾ ਆਤਮ ਹੱਤਿਆ ਦੇ ਮਾਮਲੇ ਮਹਾਰਾਸ਼ਟਰ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ 'ਚ ਸਭ ਤੋਂ ਜ਼ਿਆਦਾ ਨੇ। ਉੱਤਰ ਪ੍ਰਦੇਸ਼ 4 ਸਥਾਨ 'ਤੇ ਆ ਅਤੇ ਝਾਰਖੰਡ 5 ਸਥਾਨ 'ਤੇ ਹੈ। ਦੇਸ਼ ਦੇ ਵਿੱਚ 2022 ਦੇ ਵਿੱਚ ਕੁੱਲ ਹੋਈਆਂ ਹੱਤਿਆਵਾਂ ਦੇ ਮਾਮਲੇ 'ਚ ਜਿਹੜੀ ਰਿਪੋਰਟ ਇਸ ਸੰਸਥਾ ਨੇ ਜਾਰੀ ਕੀਤੀ, IC3 ਨੇ, ਉਹ ਦੱਸਦੀ ਹੈ ਕਿ 2022 ਦੇ ਵਿੱਚ ਮਹਾਰਾਸ਼ਟਰ ਦੇ ਵਿੱਚ 1764 ਲੋਕਾਂ ਨੇ ਸੁਸਾਈਡ ਕੀਤਾ, ਟੋਟਲ ਖੁਦਕੁਸ਼ੀਆਂ ਦਾ 14%। ਤਾਮਿਲਨਾਡੂ ਦੇ ਵਿੱਚ 1416 ਬੰਦੇ ਆਤਮ ਹੱਤਿਆ ਕਰ ਗਏ ਨੇ, ਟੋਟਲ ਖੁਦਕੁਸ਼ੀਆਂ ਦਾ 11%। ਮੱਧ ਪ੍ਰਦੇਸ਼ ਦੇ ਵਿੱਚ 1340 ਲੋਕ ਸੁਸਾਈਡ ਕਰ ਗਏ ਨੇ, ਟੋਟਲ ਖੁਦਕੁਸ਼ੀਆਂ ਦਾ 10ਵਾਂ ਹਿੱਸਾ। ਉੱਤਰ ਪ੍ਰਦੇਸ਼ ਦੇ ਵਿੱਚ 1060 ਬੰਦਾ ਸੁਸਾਈਡ ਕਰ ਗਿਆ 2022 ਦੇ ਵਿੱਚ, ਟੋਟਲ ਖੁਦਕੁਸ਼ੀਆਂ ਦਾ 8%। ਝਾਰਖੰਡ ਦੇ ਵਿੱਚ 824 ਬੰਦੇ ਦੁਨੀਆ ਤੋਂ ਚਲੇ ਗਏ ਨੇ ਗੈਰ ਕੁਦਰਤੀ ਮੌਤ, ਟੋਟਲ ਖੁਦਕੁਸ਼ੀਆਂ ਦਾ 4%। ਹਾਲਾਂਕਿ 2021 ਦੇ ਵਿੱਚ ਖੁਦਕੁਸ਼ੀ ਰੇਟ ਇਸ ਨਾਲੋਂ ਦੇ ਬਰਾਬਰ ਜਾਂ ਇਸ ਦੇ ਨਾਲੋਂ ਜ਼ਿਆਦਾ ਸੀ, ਥੋੜ੍ਹਾ ਵਧੀਆ ਘਟਿਆ। ਤਾਂ 2021 ਦੇ ਵਿੱਚ ਜਿਹੜਾ ਵਿਦਿਆਰਥੀਆਂ ਦੀ ਆਤਮ ਹੱਤਿਆ ਦਾ ਪ੍ਰਤੀਸ਼ਤ ਸੀਗਾ ਉਹ ਜ਼ਿਆਦਾ ਵਧਿਆ, ਅਤੇ ਇਸ ਸਿਲਸਿਲੇ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ 1834 ਵਿਦਿਆਰਥੀ ਸੁਸਾਈਡ ਕਰ ਗਏ ਨੇ 14%।
ਬਣਦਾ ਟੋਟਲ ਖੁਦਕੁਸ਼ੀਆਂ ਦਾ। ਮੱਧ ਪ੍ਰਦੇਸ਼ ਦੇ ਵਿੱਚ 1308 ਟੋਟਲ ਖੁਦਕੁਸ਼ੀਆਂ ਦਾ 10%, ਤਾਮਿਲਨਾਡੂ ਦੇ ਵਿੱਚ 1246 ਬੰਦੇ ਸੁਸਾਈਡ ਕਰ ਗਏ ਨੇ ਟੋਟਲ ਖੁਦਕੁਸ਼ੀਆਂ ਦਾ 10%, ਕਰਨਾਟਕਾ ਦੇ ਵਿੱਚ 855 7%, ਉੜੀਸਾ ਦੇ ਵਿੱਚ 834 6%। ਸੋ ਦੇਸ਼ ਦੇ ਵਿੱਚ ਵਿਦਿਆਰਥੀਆਂ ਦੇ ਇੱਕ ਤਿਹਾਈ ਸੁਸਾਈਡ ਦੇ ਮਾਮਲੇ ਇਹਨਾਂ 3 ਰਾਜਾਂ 'ਚ ਨੇ, ਜਿਹੜੀ ਮੈਂ ਰਿਪੋਰਟ ਸਾਂਝੀ ਕੀਤੀ ਹੈ। ਇਹ ਵਿਦਿਆਰਥੀਆਂ ਦੀ ਖੁਦਕੁਸ਼ੀ ਦਾ ਰੇਟ ਹੈ, ਜਾਣੀ ਕਿ ਰਾਜਸਥਾਨ ਦੇ ਕੋਟਾ ਇੱਕੋ ਹੀ ਸ਼ਹਿਰ ਹੈ ਜਿੱਥੇ ਖੁਦਕੁਸ਼ੀਆਂ ਹੁੰਦੀਆਂ ਨੇ, ਪਰ ਬਾਕੀ ਰਾਜਸਥਾਨੀ ਥੋੜ੍ਹਾ ਜਿਹਾ ਜਿਵੇਂ ਰਫ ਟਫ ਹੈ, ਜੂਝਣ ਦੇ ਆਦਿ ਵੀ ਨੇ। ਕੋਟਾ 'ਚ ਵੀ ਜਿਹੜੀਆਂ ਸੁਸਾਈਡ ਹੁੰਦੀਆਂ ਨੇ ਉਹ ਬਾਹਰ ਦੇ ਲੋਕ ਜ਼ਿਆਦਾ ਨੇ ਸਥਾਨਕ ਨਾਲੋਂ, ਕੋਈ ਕਿਤੋਂ ਯੂਪੀ ਦਾ, ਕੋਈ ਪੰਜਾਬ ਦਾ, ਕੋਈ ਬੰਗਾਲ ਦਾ, ਕੋਈ ਮੱਧ ਪ੍ਰਦੇਸ਼ ਦਾ। ਇਸ ਮੁਤਲਕ ਰਾਜਸਥਾਨ ਦਾ ਕੋਟਾ ਭਾਵੇਂ ਖੁਦਕੁਸ਼ੀਆਂ ਦੇ ਕੋਟੇ 'ਚ ਬਦਨਾਮ ਹੈ, ਪਰ ਕੋਟੇ ਦੇ ਨਾਲੋਂ ਜ਼ਿਆਦਾ ਖੁਦਕੁਸ਼ੀਆਂ ਮਹਾਰਾਸ਼ਟਰ 'ਚ ਵਿਦਰਭ ਖਿੱਤਿਆਂ 'ਚ ਹੁੰਦੀਆਂ ਨੇ। ਅਤੇ ਇਸ ਦੌਰਾਨ ਇਹ ਰਿਪੋਰਟਾਂ ਦੱਸਦੀਆਂ ਨੇ ਕਿ ਸਾਨੂੰ ਇਹਨਾਂ ਸੂਬਿਆਂ ਦੀ ਸਥਿਤੀ ਨੂੰ ਵਾਚਣਾ ਚਾਹੀਦਾ ਹੈ, ਅਤੇ ਇਹਨਾਂ ਸੂਬਿਆਂ 'ਚ ਜੋ ਕੁਛ ਹੋ ਰਿਹਾ ਉਸ ਦੌਰਾਨ ਆਪਣੇ ਆਪ ਨੂੰ ਵੀ ਤਿਆਰ ਰਹਿਣਾ ਚਾਹੀਦਾ। ਰਾਜਸਥਾਨ ਦੇ ਵਿੱਚ 571 ਵਿਦਿਆਰਥੀਆਂ ਨੇ ਆਤਮ ਹੱਤਿਆ ਦੇ ਨਾਲ, ਇਹ 10ਵੇਂ ਸਥਾਨ 'ਤੇ ਹੈ। ਅਤੇ ਮਹਾਰਾਸ਼ਟਰ 1764 ਖੁਦਕੁਸ਼ੀਆਂ ਦੇ ਮਾਮਲੇ 'ਚ ਪਹਿਲੇ ਨੰਬਰ 'ਤੇ ਆ। ਸਾਲ 2022 ਦੇ ਵਿੱਚ ਦੇਸ਼ ਦੇ ਵਿੱਚ ਵਿਦਿਆਰਥੀਆਂ ਦੀਆਂ ਆਤਮ ਹੱਤਿਆ ਦੇ 13,044 ਮਾਮਲੇ ਦਰਜ ਹੋਏ। 2 ਦਹਾਕਿਆਂ ਦੇ ਵਿੱਚ ਵਿਦਿਆਰਥੀਆਂ ਦੇ ਵਿੱਚ ਆਤਮ ਹੱਤਿਆ ਦੀ ਦਰ ਦੁੱਗਣੀ ਹੋ ਗਈ ਹੈ, ਜਾਣੀ ਕਿ 4.8 ਫੀਸਦੀ ਵੱਧ ਗਈ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਡਾਟਾ, ਜਿਸ ਦੇ ਵਿੱਚ ਦੇਸ਼ ਭਰ ਦੇ ਵਿੱਚ ਜੋ ਹੈ ਥਾਣਿਆਂ 'ਚ FIR ਹੁੰਦੀਆਂ ਨੇ, ਉਸ ਦਾ ਇਹ ਡਾਟਾ, NCRB ਇਸ ਨੂੰ ਕਹਿੰਦੇ ਨੇ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ, ਉਹ ਡਾਟਾ ਦੱਸਦਾ ਕਿ 2002 ਸਨ ਦੇ ਵਿੱਚ ਦੇਸ਼ ਦੇ ਵਿੱਚ 5,352 ਵਿਦਿਆਰਥੀਆਂ ਨੇ ਹੱਤਿਆ ਕੀਤੀ ਸੀ 2000 ਸਨ ਦੇ ਵਿੱਚ, ਅਤੇ 22 ਸਾਲ ਬਾਅਦ ਇਹ ਵਿਦਿਆਰਥੀਆਂ ਦੀ ਹੱਤਿਆ ਦੇ ਮਾਮਲੇ 13,099 ਹੋ ਗਏ ਨੇ। ਹਿਸਾਬ ਲਾ ਲਓ ਕਿ 2000 ਸਨ ਦੇ ਵਿੱਚ 5,352 ਅਤੇ 2022 ਦੇ ਵਿੱਚ 13,099, ਜਾਣੀ ਇਹਨਾਂ 20 ਸਾਲਾਂ ਦੇ ਵਿੱਚ 2 ਦਹਾਕਿਆਂ ਦੇ ਵਿੱਚ ਵਿਦਿਆਰਥੀਆਂ 'ਚ ਸੁਸਾਈਡ ਦੁੱਗਣਾ ਹੋ ਗਿਆ। ਜਦੋਂ ਕਿ ਸਾਲ 2000 ਦੇ ਵਿੱਚ ਦੇਸ਼ ਦੇ ਵਿੱਚ ਕੁੱਲ ਆਤਮ ਹੱਤਿਆ ਦੇ 1,08,593 ਕੇਸ ਆਏ ਸੀ, ਜੋ 2022 ਦੇ ਵਿੱਚ 22 ਸਾਲ ਬਾਅਦ 1,64,000 ਹੋ ਗਏ। ਜਾਣੀ ਇਹਦੇ 'ਚ 64 'ਚੋਂ 8 ਕੱਢ ਲਓ ਤਾਂ ਇਹ ਰਹਿ ਗਿਆ ਕਿ 56,000 ਬੰਦੇ ਜ਼ਿਆਦਾ ਵਧੇ ਨੇ 22 ਸਾਲਾਂ 'ਚ, ਪਰ ਉੱਥੇ ਵਿਦਿਆਰਥੀ ਦੁੱਗਣੇ ਹੋ ਗਏ ਨੇ। ਜਿਹੜੇ ਵਿਦਿਆਰਥੀ 2000 ਸਨ ਦੇ ਵਿੱਚ ਖੁਦਕੁਸ਼ੀ ਕਰਨ ਵਾਲੇ 5,352 ਸੀ, 22 ਦੇ ਵਿੱਚ ਉਹ ਤਕਰੀਬਨ 13,099 ਹੋ ਗਏ ਨੇ, ਜਾਣੀ 5×3=15, ਇਹ ਤਕਰੀਬਨ 2.5 ਗੁਣਾ ਵੱਧ ਗਏ ਨੇ ਮੋਟਾ ਮੋਟਾ ਅੰਦਾਜ਼ਾ। ਜਾਣੀ ਵਿਦਿਆਰਥੀਆਂ 'ਚ ਸੁਸਾਈਡ ਰੇਟ ਬਹੁਤ ਵਧਿਆ। ਸੋ ਇਸ ਕਰਕੇ ਤੁਹਾਡਾ ਬੱਚਾ ਜੇ ਪੜ੍ਹਦਾ ਨਹੀਂ, ਕੋਈ ਗੱਲ ਨਹੀਂ, ਪਿਆਰ ਨਾਲ ਰੱਖੋ, ਡਾਂਟੋ ਨਾ, ਗਲਤ ਕੰਮ ਕਰਦਾ ਪਿਆਰ ਨਾਲ ਸਮਝਾਓ। ਉਹ ਜਿਹੜਾ ਡਿਪਰੈਸ਼ਨ ਬੱਚਿਆਂ 'ਚ ਆ ਰਿਹਾ ਉਹ ਸਾਡੇ ਲਈ ਬਹੁਤ ਮਾੜਾ ਹੈ, ਕਿਉਂਕਿ ਵੱਡੇ ਸ਼ਹਿਰਾਂ ਦੇ ਵਿੱਚ, ਵੱਡੇ ਦੇਸ਼ਾਂ ਦੇ ਵਿੱਚ ਬੱਚਿਆਂ 'ਚ ਡਿਪਰੈਸ਼ਨ ਬਹੁਤ ਹੈ। ਇਸ ਕਰਕੇ ਬੱਚੇ ਸਕੂਲਾਂ 'ਚ ਸਮੂਹਿਕ ਫਾਇਰਿੰਗ ਕਰਦੇ ਨੇ, ਆ ਰੁਪਈਆਂ ਵਾਲੇ ਮੁਲਕ ਅਮੈਰੀਕਾ ਦੇ ਹਾਲਾਤ ਵੇਖ ਲਓ। ਸੋ ਮਹਾਰਾਸ਼ਟਰ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਦੇ ਵਿੱਚ ਵਿਦਿਆਰਥੀਆਂ ਦੇ ਵਿੱਚ ਜਿਹੜਾ ਆਤਮ ਹੱਤਿਆ ਦੇ ਮਾਮਲੇ 'ਚ ਇਹ ਤਿੰਨੇ ਸੂਬੇ ਟੋਪ 'ਤੇ ਜਾ ਰਹੇ ਨੇ। ਝਾਰਖੰਡ ਦੇ ਵਿੱਚ ਆਤਮ ਹੱਤਿਆ ਦੇ ਮਾਮਲੇ 'ਚ ਸਾਲ ਦਰ ਸਾਲ 15% ਵਾਧਾ ਹੋ ਰਿਹਾ। ਇੱਕ ਦਹਾਕੇ ਦੇ ਵਿੱਚ 24 ਸਾਲ ਦੀ ਉਮਰ ਵਾਲਿਆਂ ਦੇ ਵਿੱਚ ਆਬਾਦੀ 58.2 ਕਰੋੜ ਤੋਂ ਘੱਟ ਕੇ 58.1 ਕਰੋੜ ਰਹਿ ਗਈ ਹੈ।
ਆਬਾਦੀ ਯੰਗਸਟਰ ਦੀ। ਸੋ ਸਟੂਡੈਂਟ ਦੇ ਵਿੱਚ ਆਤਮ ਹੱਤਿਆ ਦੇ ਮਾਮਲੇ 6,454 ਤੋਂ ਵੱਧ ਕੇ 13,400 ਤੋਂ ਪਹੁੰਚ ਗਏ ਨੇ, ਤਕਰੀਬਨ ਦੁੱਗਣੇ ਤੋਂ ਜ਼ਿਆਦਾ ਵੱਧ ਹੋ ਗਏ ਨੇ। ਸੋ ਇਸ ਕਰਕੇ ਇਹ ਜਿਹੜਾ ਡਿਪਰੈਸ਼ਨ ਵੱਧਦਾ ਜਾ ਰਿਹਾ ਨਾ, ਇਸ ਦੇ ਲਈ ਇੱਕ ਡਰੱਗ ਨਸ਼ੇ ਵੀ ਜ਼ਿੰਮੇਵਾਰ ਨੇ, ਅਤੇ ਦੂਸਰਾ ਡਿਗਰੀਆਂ ਵੀ ਜ਼ਿੰਮੇਵਾਰ ਨੇ, ਅਤੇ ਤੀਸਰਾ ਡਾਂਗ ਸੋਟਾ ਵੀ ਜ਼ਿੰਮੇਵਾਰ ਹੈ। ਸੋ ਇਸ ਕਰਕੇ ਠੀਕ ਹੈ, ਪੁੱਤਰ ਧੀ ਅਤੇ ਖੁਰਪਾ ਚੰਡੇ ਹੀ ਕੰਮ ਦਿੰਦੇ ਨੇ, ਉਹ ਚੰਡ ਵੀ ਜ਼ਰੂਰੀ ਹੈ, ਪਰ ਕਿਤੇ ਨਾ ਕਿਤੇ ਜਿਹੜਾ ਜੀ ਨਾ ਲੱਗਣਾ। ਤੁਸੀਂ ਵੇਖੋ, ਕੱਲ੍ਹ ਦੀ ਰਿਪੋਰਟ ਸੀ ਕਿ ਦੇਸ਼ ਦੇ 33% ਜਿਹੜੀ ਜੈਨ ਜੀ ਜਨਰੇਸ਼ਨ ਹੈ, ਨਵੀਂ ਜਨਰੇਸ਼ਨ ਹੈ, ਉਹ ਇਕੱਲੇ ਧਾਰਮਿਕ ਸਥਾਨਾਂ 'ਚ ਜਾਣ ਲੱਗੇ ਨੇ। ਉਹਦਾ ਕਾਰਨ ਹੈ ਕੋਈ ਟੁੱਟ ਰਹੇ ਨੇ, ਅੱਗੇ ਮਾਪਿਆਂ ਦੇ ਨਾਲ ਜਾਂਦੇ ਹੁੰਦੇ ਸੀ ਪਰ ਉਹ ਇਕੱਲੇ ਜਾਣ ਲੱਗੇ ਨੇ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਧਰਮ ਤੋਂ ਹੀ ਸਾਨੂੰ ਸਿੱਖਿਆ ਮਿਲੇ। ਧਰਮ ਤੋਂ ਸਿੱਖਿਆ ਮਿਲਦੀ ਹੈ, ਧਰਮ ਮਨ ਜੀਤੇ ਜਗ ਜੀਤ ਦਾ ਆਦੇਸ਼ ਦਿੰਦਾ ਹੈ। ਗੁਰਬਾਣੀ ਹਸੰਦਿਆਂ ਖਿਲਾਂਦਿਆਂ ਖਵਾਉਂਦਿਆਂ ਪਹਿਨਾਉਂਦਿਆਂ ਦੀ ਮੱਤ ਦਿੰਦੀ ਹੈ, ਹੱਕ ਪਰਾਇਆ ਨਾਨਕਾ ਦਾ ਸੰਦੇਸ਼ ਦਿੰਦੀ ਹੈ ਕਿ ਨਹੱਕਾ ਨਾ ਖਾਓ, ਕਿਰਤ ਨੂੰ ਤਵੱਜੋ ਦਿੰਦੀ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਕਿ ਨਹਾ ਧੋ ਕੇ ਆਪਣੇ ਰੱਬ ਸੱਚੇ ਦਾ ਨਾਂ ਲਓ, ਪਖੰਡ ਨਾ ਕਰੋ। ਸੋ ਇਸ ਕਰਕੇ ਉਹ ਚੀਜ਼ਾਂ ਅੱਛੀਆਂ ਨੇ, ਪਰ ਕਿਤੇ ਨਾ ਕਿਤੇ ਮਾਪਿਆਂ ਨੂੰ ਵੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਜਿਸ ਤਰ੍ਹਾਂ ਇਹ ਟ੍ਰੈਂਡ ਵੱਧ ਰਹੇ ਨੇ, ਸਾਡੇ ਵਾਸਤੇ ਵੀ ਸਭ ਅੱਛਾ ਨਹੀਂ ਹੈ ਜਿਸ ਤਰ੍ਹਾਂ ਦੀ ਸਥਿਤੀ ਸਾਡੇ ਸਾਹਮਣੇ ਆ। ਸੋ ਇਸ ਡਿਪਰੈਸ਼ਨ ਦੀ, ਇਸ ਦੌਰ ਦੇ ਵਿੱਚ ਜਿਸ ਤਰ੍ਹਾਂ ਦੀ ਸਥਿਤੀ ਹੈ, ਬੜੀ ਚਿੰਤਾਜਨਕ ਹੈ। ਸੋ ਜ਼ਰੂਰ ਆਪਣੇ ਨੇੜਲੇ ਰਿਸ਼ਤੇਦਾਰ, ਆਪਣੇ ਨੇੜਲੇ ਦੋਸਤ ਜ਼ਰੂਰ ਮਹਿਸੂਸ ਕਰੋ ਕਿ ਉਹਨਾਂ ਦੇ ਵਿੱਚ ਕਾਰਨ ਕੀ ਨੇ। ਹਾਂ, ਕਈ ਵਾਰੀ ਇਸ ਤਰ੍ਹਾਂ ਲੋਕ ਤੁਹਾਨੂੰ ਗੁੰਮਰਾਹ ਵੀ ਕਰ ਦਿੰਦੇ ਨੇ, ਉਸ ਤਰ੍ਹਾਂ ਇਮੋਸ਼ਨਲ ਬਲੈਕਮੇਲ ਵੀ ਨਾ ਹੋਵੋ। ਅਸਲ ਕਾਰਨ ਨੂੰ ਪਹਿਚਾਣੋ ਕਿ ਜਿਸ ਤਰ੍ਹਾਂ ਸਾਡੇ ਬੱਚਿਆਂ 'ਚ ਉਦਾਸੀਆਂ ਆ ਰਹੀਆਂ ਨੇ, ਉਹਦੇ ਵਿੱਚ ਕਚਿਆਈ ਕਿੱਥੇ ਆ, ਸਾਡੀ ਪਰਵਰਿਸ਼ ਕਮੀ ਆ, ਸਾਡੇ ਉਹ ਨੰਬਰਾਂ ਦੀ ਦੌੜ ਕੇ 99.99% ਲੈਣੇ ਨੇ, ਵੱਡੇ ਅਹੁਦੇ 'ਤੇ ਜਾਣਾ ਜ਼ਰੂਰੀ ਨਹੀਂ। ਜਿਹੜੇ ਘੱਟ ਪੜ੍ਹੇ ਲਿਖੇ ਲੋਕ ਨੇ ਉਹ ਬੜੀ ਤਰੱਕੀ ਕਰ ਗਏ ਨੇ, ਉਹ ਜ਼ਿੰਦਗੀ 'ਚ ਬੜੇ ਖੁਸ਼ ਨੇ। ਸੋ ਇਸ ਕਰਕੇ ਇਹ ਜਿਹੜਾ ਰੁਝਾਨ ਵੱਧ ਰਿਹਾ ਨਾ, ਇਸ ਰੁਝਾਨ ਲਈ ਸਾਨੂੰ NRI 'ਚ ਵੀ ਇਹ ਸਮੱਸਿਆ, ਕਿਉਂਕਿ NRI ਕੰਮਾਂ ਕਾਜਾਂ 'ਤੇ ਹੁੰਦੇ ਨੇ, ਬੱਚਿਆਂ ਨੂੰ ਸਮਾਂ ਨਹੀਂ ਦੇ ਪਾਉਂਦੇ, ਅਤੇ ਜਾਂ ਬੱਚੇ ਜਿਹੜੇ ਨੇ ਆਪਣੇ ਦੋਸਤਾਂ ਤੱਕ ਜ਼ਿਆਦਾ ਰਹਿੰਦੇ ਨੇ, ਅਤੇ ਇੱਕ ਕੰਪੀਟੀਸ਼ਨ ਬਹੁਤ ਬੇਲੋੜਾ ਵੱਧ ਗਿਆ। ਸੋ ਇਸ ਕਰਕੇ ਸਮੇਂ ਦੀ ਸਥਿਤੀ ਨੂੰ ਸੰਭਾਲੋ। ਕਿਸੇ ਨੂੰ ਵੀ ਕੋਈ ਕਰਜ਼ਈ ਹੋ ਗਿਆ, ਕੋਈ ਪਿੰਡ 'ਚ ਕਿਸੇ ਤੋਂ ਮਾੜਾ ਕੰਮ ਹੋ ਗਿਆ, ਆ ਤੁਸੀਂ ਵੇਖੋ ਕਿ ਆ ਇੱਥੇ ਘਨੌਰ ਇਲਾਕੇ ਦੀ ਖਬਰ ਹੈ ਕਿ ਇੱਕ ਕੋਈ ਚੋਰੀ ਕਰਦਾ ਫੜਿਆ ਗਿਆ ਅਤੇ ਉਹਦੀ ਵੀਡੀਓ ਵਾਇਰਲ ਹੋ ਗਈ, ਉਸ ਤੋਂ ਡਰਦਾ ਉਹ ਸੂਸਾਈਡ ਕਰ ਗਿਆ। ਸੋ ਇਸ ਕਰਕੇ ਥੋੜ੍ਹਾ ਜਿਹਾ ਸੰਭਲ ਕੇ ਚੱਲੋ ਜਿਸ ਤਰ੍ਹਾਂ ਦੀ ਸਥਿਤੀ ਹੈ, ਅਤੇ ਭੋਗ 'ਤੇ ਜਾ ਕੇ ਫਿਰ ਉੱਥੇ ਹੰਝੂ ਵਹਾਉਣਾ ਕੋਈ ਸਿਆਣਪ ਨਹੀਂ। ਰਿਸ਼ਤੇਦਾਰ ਜਦੋਂ ਤੁਹਾਡਾ ਕੋਈ ਨਜ਼ਦੀਕੀ ਉਦਾਸੀ 'ਚ ਹੈ ਤਾਂ ਉਦੋਂ ਉਦਾਸੀ 'ਚ ਕੱਢਣ ਦੀ ਕੋਸ਼ਿਸ਼ ਕਰੋ, ਮਰਨ ਤੋਂ ਬਾਅਦ ਕੀ ਫਾਇਦਾ। ਤੁਸੀਂ ਭੋਗ 'ਤੇ ਗਦੌੜਾ, ਫਿਰ ਉੱਥੇ ਜਾਓ, ਉੱਥੇ ਡਰਾਮੇ ਕਰੋ, ਉਹਦਾ ਕੋਈ ਫਾਇਦਾ ਨਹੀਂ। ਜਿਉਂਦੇ ਜੀ ਮੈਂ ਅਕਸਰ ਕਹਿਣਾ ਹੁੰਦਾ ਕਿ ਪਿੰਡਾਂ 'ਚ ਜਿਹੜਾ ਸੁਸਾਈਡ ਦਾ ਕਾਰਨ ਹੈ ਕਿ ਜੇ ਕੋਈ ਕਰਜ਼ਈ ਹੋ ਗਿਆ, ਘਰੇ ਘਰ ਵਾਲੇ ਦੀ ਜਵਾਕ ਲੜਦੇ ਆ, ਸੱਥ 'ਚ ਖੜਦਾ ਲੋਕ ਟਿੱਚਰਾਂ ਕਰਦੇ ਆ, ਜੇ ਕੋਈ ਗੱਲ ਕਰਦਾ ਕਹਿਣਗੇ ਤੈਨੂੰ ਬੜਾ ਪਤਾ, ਬਾਲ ਬਾਲ ਤੇਰਾ ਬਿੰਨਿਆ ਪਿਆ, ਉਹ ਬੰਦਾ ਉੱਥੋਂ ਚਲੋ ਪਰਾਂ ਨੂੰ ਜਾਂਦਾ। ਜੇ ਕੋਈ ਆਪਣੇ ਆ ਗੱਲ ਕਰਕੇ ਹੱਸਦਾ, ਉਸ ਵਿਅਕਤੀ ਕਰਜ਼ਈ ਵਿਅਕਤੀ ਨੂੰ ਲੱਗਦਾ ਕਿ ਯਾਰ ਮੇਰੇ 'ਤੇ ਹੱਸ ਰਿਹਾ, ਅਤੇ ਉਸ ਕਰਕੇ ਕਿਸੇ 'ਚ ਕੋਈ ਕਮੀ ਪੇਸ਼ੀ ਆ, ਕਿਸੇ ਦੇ ਪੁੱਤ ਧੀ ਨਿਕਲ ਗਏ, ਕਿਸੇ ਦੀ ਘਰ ਵਾਲੀ ਨਿਕਲ ਗਈ, ਕਿਸੇ ਦੇ ਘਰ ਵਾਲੀ ਦੇ ਮਾੜੇ ਸੰਬੰਧ ਨੇ, ਉਹ ਵੀ ਕਾਰਨ ਆ ਡਿਪਰੈਸ਼ਨ ਦਾ, ਅਤੇ ਕਿਸੇ ਦਾ ਘਰ ਵਾਲਾ ਮਾੜਾ ਹੈ ਅਤੇ ਉਸ ਬੀਬੀ ਨੂੰ ਲੋਕ ਟਿੱਚਰਾਂ ਕਰੀ ਜਾਂਦੇ ਨੇ ਅਤੇ ਕਿ ਤੇਰਾ ਤਾਂ ਫਲਾਣੇ ਤੋਂ ਤੁਰਿਆ ਫਿਰਦਾ, ਉਹ ਇਸ ਤਰ੍ਹਾਂ ਦੇ ਕਾਰਨ ਬਣਦੇ ਨੇ। ਚਲੋ ਜਿਹੜਾ ਕਰੇਗਾ ਸੋ ਭਰੇਗਾ। ਸੋ
ਆਪਾਂ ਨੂੰ ਇਸ ਤਰ੍ਹਾਂ ਜ਼ਿਆਦਾ ਉਸ ਵਿਅਕਤੀ ਨੂੰ ਜਿਹੜਾ ਹੈਗਾ ਨਾ ਭੰਡਣ ਦੀ ਜ਼ਰੂਰਤ ਨਹੀਂ ਜਨਤਕ ਤੌਰ 'ਤੇ। ਹਾਂ ਸਮਝਾਓ ਕਿ ਕੋਈ ਨਹੀਂ, ਜੇ ਭਾਈ ਤੇਰੇ ਵਾਲਾ ਬੱਚਾ ਮਾੜਾ ਨਿਕਲ ਗਿਆ ਜੇ ਤੇਰਾ ਕੀ ਦੋਸ਼, ਹੌਸਲਾ ਦਿਓ। ਫਿਰ ਉਹ ਜੇ ਹੌਸਲਾ ਨਹੀਂ ਦਿੰਦੇ ਉਹ ਫਿਰ ਕਿੱਕਰ 'ਤੇ ਜਾ ਕੇ ਫਾਹਾ ਲੈਂਦਾ, ਜ਼ਹਿਰ ਪੀਂਦਾ ਕੋਠੇ 'ਚ ਜਾ ਕੇ। ਫਿਰ ਅਸੀਂ ਉੱਥੇ ਬਥੇਰਾ ਡਰਾਮਾ ਲੈ, ਸਾਡੇ ਨਾਲ ਹੱਸਦਾ ਖੇਡਦਾ ਗਿਆ ਜੀ ਕੀ ਹੋ ਗਿਆ, ਪਿੱਛੋਂ ਭੋਗ 'ਤੇ ਉਹਦੀਆਂ ਚੁਗਲੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਇਸ ਕਰਕੇ ਉਸ ਡਬਲ ਸਟੈਂਡਰਡ ਤੋਂ ਬਚੋ, ਇਹ ਵੀ ਆਪਣੇ ਆਪ 'ਚ ਪੁੰਨ ਹੈ ਅਗਰ ਤੁਸੀਂ ਕਿਸੇ ਨੂੰ ਚੜ੍ਹਦੀ ਕਲਾ 'ਚ ਲਿਆ ਸਕੋ। ਆਪਣੇ ਨਾਲ UK ਤੋਂ ਬਾਈ ਜੀ ਅਵਤਾਰ ਸਿੰਘ ਕੁਲਾਰ ਸਾਹਿਬ, ਸਤਿ ਸ਼੍ਰੀ ਅਕਾਲ। ਵਧੀਆ, ਚੜ੍ਹਦੀ ਕਲਾ? ਹੈਲੋ, ਹਾਂਜੀ ਹਾਂਜੀ, ਚੜ੍ਹਦੀ ਕਲਾ ਗੱਲ ਕਰੋ। ਹੋਰ ਮੈਂ ਆਨ ਏਅਰ ਹੈ ਜੀ? ਹਾਂਜੀ ਹਾਂਜੀ ਆਨ ਏਅਰ ਹੋ ਤੁਸੀਂ। ਓ ਅੱਛਾ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਇੱਕ ਤੁਸੀਂ ਟ੍ਰੈਂਡ ਦੀ ਗੱਲ ਕਰਦੇ ਸੀ ਵੀ ਜਿਹੜਾ ਫਿਊਨਰਲ ਦਾ ਟ੍ਰੈਂਡ ਹੋ ਗਿਆ। ਹਾਂ, ਤਾਮ ਚਾਮ ਨਾਲ ਇੰਗਲੈਂਡ ਦੀਆਂ ਖਬਰਾਂ ਤੁਹਾਡੇ ਮੁਲਕ ਦੀਆਂ ਨਸਰਾਲਾ ਸਾਹਿਬ। ਅਸੀਂ ਹਾਂਜੀ ਹਾਂਜੀ ਇੱਥੇ ਮੇਰੇ ਨਾਲ ਅਸੀਂ 200 ਡਰਾਈਵਰ ਹੈ ਸਾਡੀ ਕੰਪਨੀ 'ਚ। ਸਾਡੇ ਡਰਾਈਵਰ ਨੂੰ ਇਹਨੂੰ ਕੈਂਸਰ ਹੋ ਗਿਆ ਜੀ। ਉਹਨੂੰ ਡਾਕਟਰਾਂ ਨੇ ਇੱਕ ਮਹੀਨੇ ਦਾ ਟਾਈਮ ਦਿੱਤਾ ਤੇ ਉਹਨੇ ਪਾਰਟੀ ਕੀਤੀ ਜਾਣ ਤੋਂ ਪਹਿਲਾਂ। ਕਹਿੰਦਾ ਸਾਰੇ ਮੇਰੇ ਜਿਹੜੇ ਮਿੱਤਰ ਆ ਤੇ ਅਸੀਂ ਲਾਸਟ ਰਾਈਡ ਪਾਰਟੀ ਕਹਿੰਦੇ ਕਰ ਲਈ। ਓ ਵੈਰੀ ਗੁੱਡ। ਅੱਛਾ, ਦੋ ਹਫ਼ਤੇ ਪਹਿਲਾਂ ਤਾਂ ਮਤਲਬ ਜਾ ਕੇ ਆਏ ਤੇ ਉਹਦੀ ਪਾਰਟੀ ਦੇ ਵਿੱਚ ਇੰਨਾ ਫਨ ਕੀਤਾ ਉਹਨਾਂ ਨੇ ਜੀ। ਅਸੀਂ ਵੀ ਗਏ ਤੇ ਸੂਟਡ ਬੂਟਡ ਟਾਈ ਸਾਰੇ ਬਲੈਕ, ਮਤਲਬ ਟਾਈਆਂ ਸਾਰੇ ਇੱਕ ਬਲੈਕ ਪਾਉਂਦੇ ਜਦੋਂ। ਅੱਛਾ, ਨਾਲੇ ਉਹਨੂੰ ਪਤਾ ਸੀ ਕਿ ਮੇਰੀ ਬੜੀ ਲੰਮੀ ਲਾਈਫ ਨੇ। ਓ ਹਾਂਜੀ ਹਾਂਜੀ, ਉਹਨੂੰ 3 ਹਫ਼ਤੇ ਦਿੱਤੇ ਡਾਕਟਰਾਂ ਨੇ। ਹਾਂ, ਮਤਲਬ ਸਾਡੇ ਨਾਲ ਉਹਦਾ ਇੰਨਾ ਪਿਆਰ ਸੀ। ਮਤਲਬ ਉਹ ਕਹਿੰਦਾ ਵੀ ਮੇਰਾ ਫਿਊਨਰਲ ਜਿਹੜਾ ਹੈ ਨਾ ਬਾਕਸ ਚੱਕਣਗੇ ਮੇਰੇ ਆਹਾ ਬੰਦੇ, 4 ਬੰਦੇ ਉਹਨੇ ਚੁਣੇ। ਮਤਲਬ ਦੋ ਡਰਾਈਵਰ, ਉਹਦੇ ਫਰੈਂਡ ਤੇ ਦੋ ਉਹਦੇ ਆਪਣੇ ਰਿਸ਼ਤੇਦਾਰ। ਉਹ ਪਰਸੋਂ ਉਹਦੀ ਡੈਥ ਹੋ ਗਈ। ਓ, ਵੈਸੇ ਬੜਾ ਭਾਵੁਕ ਮਾਹੌਲ ਹੋਏਗਾ ਜਦੋਂ ਪਤਾ ਲੱਗਦਾ ਯਾਰ ਬੰਦਾ ਥੋੜੇ ਦਿਨਾਂ ਦਾ ਮਹਿਮਾਨ ਹੈ, ਉਦੋਂ ਫਿਰ ਪੈਗ ਵੀ ਨਹੀਂ ਲਾਇਆ ਜਾਂਦਾ, ਹੱਸਿਆ ਵੀ ਨਹੀਂ ਜਾਂਦਾ। ਪਰ ਫਿਰ ਕਿਵੇਂ ਦਾ ਮਾਹੌਲ ਸੀਗਾ? ਇੰਨਾ ਇਮੋਸ਼ਨਲ ਸੀਗੇ ਬੰਦੇ। ਪਰ ਉਹਨਾਂ ਨੇ ਉਹ ਕਹਿੰਦੇ ਉਹ ਦੂਸਰਾ ਜਿਹਦੇ ਉਹਨੇ ਸਪੀਚ ਦਿੱਤੀ, ਕਹਿੰਦਾ ਮੈਂ ਇਹ ਆਪਣੇ ਜਿਹੜੇ ਆਹ 3 ਹਫ਼ਤੇ ਆ, ਕਹਿੰਦਾ ਸਾਰੀ ਜ਼ਿੰਦਗੀ ਦੇ ਮੈਂ ਇਹ ਵਧੀਆ ਬਿਤਾਉਣੇ ਚਾਹੁੰਦਾ। ਤੁਸੀਂ ਇਹ ਨਾ ਸੋਚੋ ਵੀ ਮੇਰਾ ਆਖਰੀ ਟਾਈਮ ਹੈ, ਤੁਸੀਂ ਇਹ ਸੋਚੋ ਮੈਂ ਤੁਹਾਡੇ ਨਾਲ ਆਇਆ ਇਸ ਵੇਲੇ। ਓ ਵੈਰੀ ਗੁੱਡ, ਓ ਮਾਈ ਗੋਡ। ਇੰਨੀ ਸ਼ਰਾਬ ਲੋਕਾਂ ਨੇ ਪੀਤੀ ਜੀ, ਇੰਨੀ ਸ਼ਰਾਬ ਪੀਤੀ, ਛੱਡ ਗੱਲ ਦੋ, ਯਾਦ ਰਹੂ ਹਮੇਸ਼ਾ। ਬੀਅਰ ਵਾਈਨ ਜਿੱਦਾਂ ਵਿਆਹ ਸੀਗਾ ਨਾ, ਇੱਦਾਂ ਫਨ ਕੀਤਾ ਉੱਥੇ। ਹਾਂ, ਗੱਲ ਇਹ ਹੈ ਕਿ ਉਹ ਮਰਨਾ ਤਾਂ ਇੱਕ ਦਿਨ ਹੈ, ਫਿਰ ਰੋਜ਼ ਕਿਉਂ ਪਲ ਪਲ ਮਰੀਏ? ਮਰਨਾ ਸਭ ਨੇ, ਤੁਸੀਂ ਵੀ ਮਰਨਾ, ਮੈਂ ਵੀ ਮਰਨਾ, ਹੈ ਨਾ। ਤੇ ਜਿੱਦਣ ਉਹਦੀ ਪਰਸੋਂ ਡੈਥ ਹੋਈ ਆ ਨਾ, ਅਸੀਂ ਇੱਥੇ ਸਾਰੇ ਮਤਲਬ ਇਕੱਠੇ ਹੋ ਕੇ ਇੰਨਾ ਇਮੋਸ਼ਨਲ ਹੋਏ ਨਾ, ਕਹਿੰਦੇ ਵੀ ਬਸ ਉਹਦਾ ਫਿਊਨਰਲ ਮਤਲਬ ਸਾਡੀ ਕੰਪਨੀ ਉਹਨੂੰ ਅਰੇਂਜ ਕੀਤਾ। ਅੱਛਾ, ਓ ਹਾਂਜੀ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਿਲ ਕੇ ਹੀ ਪ੍ਰਭ ਪਾਇਆ ਮਿਲ ਕੀ, ਮੈਨੂੰ ਪੂਰਾ ਮੈਂ ਗਲਤ ਨਹੀਂ ਬੋਲਾਂਗਾ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਹੈ ਨਾ, ਮਿਲ ਕੇ ਹੀ ਪਾਇਆ ਪੂਰਨ ਪਰਮਾਨੰਦ, ਇਹ ਇਸ ਤਰ੍ਹਾਂ ਦੇ ਵਾਕ ਆਉਂਦੇ ਆ ਨਾ। ਸੋ ਇਸ ਕਰਕੇ ਵੀ ਮਰਨਾ ਤਾਂ ਸਭ ਨੇ ਆ, ਪਰ ਮਤਲਬ ਵਧੀਆ ਜ਼ਿੰਦਗੀ ਜਿਉ ਕੇ ਮਰੋ ਫਿਰ ਕਾਹਦੇ ਲਈ। ਸੋ ਬੜਾ ਅੱਛਾ, ਤੁਸੀਂ ਵੀਡੀਓ ਭੇਜੋ ਜੇ ਹੋਈ ਉਸ ਸੱਜਣ ਦੀ, ਪਲੀਜ਼। ਮੈਂ ਜ਼ਰੂਰ ਭੇਜਦਾ। ਹਾਂਜੀ ਹਾਂਜੀ, ਉਸ ਪਾਰਟੀ ਦੀ ਵੀਡੀਓ ਹੈਗੀ ਮੇਰੇ ਕੋਲ। ਓ ਜ਼ਰੂਰ ਭੇਜਦਾ। ਓ ਤੇ ਅਸਲੀ ਦਾ ਇਹ ਜਿੰਦੇ ਜਿੱਦਾਂ ਆਪਾਂ ਕਹਿੰਦੇ ਨਹੀਂ, ਮਰਨ ਲਖਾਏ ਮੰਡਲ ਮੇ ਆਏ ਤੁਸੀਂ ਕਰਦੇ ਹੁੰਦੇ ਹੋ ਨਾ। ਹਾਂ, ਉਹ ਤਾਂ ਸਭ ਨੇ ਜਾਣਾ ਬਿਲਕੁਲ, ਉਹ ਤਾਂ ਮੌਤ ਤੋਂ ਪਹਿਲਾਂ ਨਾ। ਜੀ, ਤੇ ਤੁਸੀਂ ਰੇਡੀਓ ਦੀ ਗੱਲ ਕਰਦੇ ਆ, 2.5 ਘੰਟੇ ਮੈਨੂੰ ਲੱਗਦੇ ਆ ਇੱਥੋਂ ਲੰਡਨ ਜਾਣ ਨੂੰ।
ਤੁਹਾਡਾ ਰੇਡੀਓ ਲੱਗਣਾ ਨਾ 1:30 ਵਜੇ ਮੈਂ ਅਰਲੀ ਮਾਰਨਿੰਗ ਲੱਗ ਜਾਂਦਾ ਨਾ, ਫਿਰ 2.5 ਘੰਟੇ ਤੁਹਾਡੇ ਰੇਡੀਓ ਦੇ ਨਾਲ ਹੀ ਸਾਥ ਦਿੰਦਾ। ਅੱਛਾ, ਥੈਂਕ ਯੂ। ਆਪਾਂ ਜਿਹੜਾ ਇਕਲਾਪਾ ਜਿਹੜਾ ਤੁਸੀਂ ਦੂਰ ਕਰਦੇ ਆ ਸਾਡਾ, ਤਾਂ ਬਾਕੀ ਘਰ ਜਾ ਕੇ ਤਾਂ ਚਲੋ ਉਹ ਤਾਂ ਚਲੋ ਫੈਮਲੀ 'ਚ ਫਿਰ ਹੁੰਦਾ ਹੈ ਨਾ, ਕਿਉਂਕਿ ਉਹ ਬੰਦਾ ਬਿਜ਼ੀ ਹੋ ਜਾਂਦਾ, ਲੋੜ ਨਹੀਂ ਮਹਿਸੂਸ ਹੁੰਦੀ ਉਦੋਂ ਬਹੁਤੀ, ਕਿਉਂਕਿ ਬਹੁਤ ਸਾਰੇ NRI ਜਦੋਂ ਇੰਡੀਆ ਆਉਂਦੇ ਉਹ ਸੁਣ ਨਹੀਂ ਪਾਉਂਦੇ, ਉਹ ਕਹਿੰਦੇ ਯਾਰ ਬਿਜ਼ੀ ਇੰਨੇ ਹੋ ਜਾਂਦੇ ਆ, ਹੈ ਨਾ। ਬਸ 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 ਤੇ ਸਾਡੇ ਆ ਪ੍ਰੋਗਰਾਮ ਜੇ ਕਦਰੀ ਬਾਬੇ ਵਾਲਾ ਉਹ ਬਹੁਤ ਵਧੀਆ ਜੀ। ਇੱਕ ਤੁਸੀਂ ਸਾਰੀ ਦੇ ਬੰਦੇ ਦਾ ਕੋਟ ਕੀਤਾ ਸੀ, ਨੇਮ ਸਾਰੀ ਦਾ ਬੰਦਾ ਸੀ, ਉਹ ਵੀ ਉਹਨੂੰ ਫਾਂਸੀ ਵਿੱਚ ਮੇਰਾ ਸਿੰਗਾਪੁਰ ਵਿੱਚ ਸੀ ਫਾਂਸੀ, ਸਾਰੀ ਸਾਰੀ ਹਰਨਾਮ ਸਿੰਘ ਸਾਰੀ। ਹਾਂਜੀ, ਮੇਰੇ ਸਾਡੇ ਪਿੰਡ ਦੇ ਨਾਲ ਹੀ ਆ, 1.5 ਕਿਲੋਮੀਟਰ ਹੈ ਸਾਡੇ। ਹਰਨਾਮ ਸਿੰਘ ਸਾਰੀ ਪਤਾ ਕਰਿਓ ਉਹਨਾਂ ਬਾਰੇ ਪਿੰਡ ਤੋਂ, ਹਰਨਾਮ ਸਿੰਘ ਸਾਰੀ ਉਹਨਾਂ ਨੂੰ ਬੱਬਰਾਂ ਦੇ ਕਹਿੰਦੇ ਹਜੇ। ਹਾਂ ਬੱਬਰਾਂ ਦੇ, ਹਾਂ ਹਰਨਾਮ ਸਿੰਘ ਸਾਰੀ ਬੜਾ ਕੰਟਰੀਬਿਊਸ਼ਨ ਆ ਉਹਨਾਂ ਦਾ ਸਾਰੀ ਸਾਹਿਬ ਦਾ। ਹਾਂਜੀ ਹਾਂਜੀ ਹਾਂਜੀ, ਬੱਬਰਾਂ ਦੇ ਤੇ ਉਹਨਾਂ ਦਾ ਵਧੀਆ ਪਰਿਵਾਰ ਆ। ਚਲੋ ਕੋਈ ਨਹੀਂ, ਮੈਂ ਥੈਂਕ ਯੂ, ਉਹਨਾਂ ਤੋਂ ਫੋਟੋਆਂ ਤੁਹਾਨੂੰ ਸ਼ਾਇਦ ਮੈਂ ਉਹਨਾਂ ਦੀਆਂ ਭੇਜੂਗਾ ਕਿਤੇ, ਹੈਗੀ। ਥੈਂਕ ਯੂ, ਮਿਹਰਬਾਨੀ ਮਿਹਰਬਾਨੀ, ਥੈਂਕ ਯੂ ਥੈਂਕ ਯੂ ਥੈਂਕ ਯੂ ਨਸਰਾਲਾ ਸਾਹਿਬ। ਤੇ ਮਨਪ੍ਰੀਤ ਖਰੋੜ ਸੋਰੀ ਕਾਲ ਕੱਟ ਗਈ। ਸੋ ਇਸ ਕਰਕੇ ਦੇਖੋ ਜ਼ਿੰਦਗੀ ਦੇ ਵਿੱਚ, ਖਰੋੜ ਸਾਹਿਬ ਕੋਈ ਨਹੀਂ ਕਾਲ ਕਰ ਲਓ, ਦੁਬਾਰਾ ਕੱਟ ਗਈ ਮੇਰੇ ਕੋਲੋਂ, ਡਿਸਕਨੈਕਟ ਹੋ ਗਈ, ਚੁੱਕਣ ਲੱਗਿਆ। ਅਤੇ ਜਿਸ ਦੌਰਾਨ ਇਹ ਜਿਹੜਾ ਸਿਲਸਿਲਾ ਚੱਲ ਰਿਹਾ ਨਾ ਕਿ ਜ਼ਿੰਦਗੀ ਜਿੰਦਾ ਦਿਲੀ ਦਾ ਨਾਂ ਹੈ ਯਾਰ, ਸਭ ਨੇ ਜਾਣਾ ਵਾਰੇ ਸ਼ਾਹ ਵਸਾ ਕੀ ਜ਼ਿੰਦਗੀ ਦਾ, ਸਾਡੀ ਉਮਰ ਹੈ ਨਕਸ਼ ਪਤਾਸਿਆਂ ਦੇ, ਪਰ ਜਿਹੜੀ ਜਿਉਂਦੇ ਹਾਂ, ਜਿਹੜੀ ਰਹਿੰਦੀ ਹੈ ਉਹਨੂੰ ਕਿਉਂ ਖਤਮ ਕਰੀਏ, ਉਸ ਨੂੰ ਤਾਂ ਢੰਗ ਨਾਲ ਮਾਣੀਏ ਨਾ। ਸੋ ਇਸ ਕਰਕੇ ਇਹ ਜੋ ਸਿਲਸਿਲਾ ਚੱਲਦਾ ਨਾ ਕਿ ਬੜੀ ਪੋਜ਼ਿਟਿਵਿਟੀ ਹੈ ਹੁਣ ਸਾਡੇ ਵੀ, ਜਿਹੜਾ ਬਜ਼ੁਰਗ ਆਪਣੀ ਪੂਰੀ ਜ਼ਿੰਦਗੀ ਹੰਢਾ ਕੇ ਗਿਆ, ਲੋਕ ਬੜੇ ਤਾਮ ਝਾਮ ਦੇ ਨਾਲ ਉਸਦਾ ਇੰਜੋਏ ਕਰਕੇ ਜਾਂਦੇ ਸੀ, ਬਾਬੇ ਨੂੰ ਵੱਡਾ ਕਰਦੇ ਸੀਗੇ, ਇਹ ਠੀਕ ਹੈ ਜੇ ਗੁੰਜਾਇਸ਼ ਆ ਤਾਂ ਫਿਰ ਉਹ ਗਦੌੜਾ, ਜਿਵੇਂ ਆਪਣਾ ਮਾਣੂਕ ਸਾਹਿਬ ਨੇ ਭੇਜਿਆ ਸੀ ਨਾ ਗਦੌੜਾ ਬਾਟੀ 'ਚ ਬਣਦਾ, ਜੇ ਗੁੰਜਾਇਸ਼ ਆ ਜ਼ਰੂਰ ਕਰੋ, ਸੈਲੀਬ੍ਰੇਟ ਕਰੋ, ਹੈ ਨਾ। ਸੇ ਇਸੇ ਤਰ੍ਹਾਂ ਸਾਹਿਬ ਭਗਤ ਸਿੰਘ ਹੋਰੀ, ਮਤਲਬ ਆਖਰੀ ਸਮੇਂ ਵੀ ਪੜ੍ਹਦੇ ਰਹੇ ਕਿ ਯਾਰ ਛੇਤੀ ਛੇਤੀ ਮਰੀਏ, ਦੁਬਾਰਾ ਜੰਮਾਂਗੇ ਫਿਰ ਲੜਾਂਗੇ, ਐਡੀ ਪੋਜ਼ਿਟਿਵਿਟੀ। ਖੈਰ, ਮਨਪ੍ਰੀਤ ਖਰੋੜ ਜੀ ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ? ਵਧੀਆ, ਚੜ੍ਹਦੀ ਕਲਾ। ਤੁਹਾਡੇ ਪਿੰਡ ਵਾਲੇ ਗੁਰੂ ਘਰ ਤੋਂ ਮੈਨੂੰ ਵੌਇਸ ਨੋਟ ਆਇਆ, ਕਹਿੰਦੇ ਸ਼ੇਰ ਚੀਤਾ ਤੁਹਾਡੇ ਆਪਣੇ ਮਹੱਲੇ 'ਚ ਫਿਰ ਰਿਹਾ ਜੀ। ਆਹੋ, ਪਹਿਲਾਂ ਦੰਦਰਾਲੇ ਸੀ, ਸਾਡੇ ਪਿੰਡ ਜਾ ਵੜਿਆ ਹੋਣਾ ਚੀਤਾ। ਨਹੀਂ ਨਹੀਂ ਨਹੀਂ, ਤੁਹਾਡੇ ਆਪਣਾ ਤਾਂ ਏਕਤਾ ਵਿਹਾਰ ਦੀਪਨਗਰ ਅਨੰਦ। ਅੱਛਾ, ਉਰੂ ਵਾਲੇ, ਆਹੋ ਆ ਦੀਪਨਗਰ ਆ, ਮਾਨ ਸਾਹਿਬ ਨੇ ਵੀ ਲਿਖਿਆ, ਇੱਥੋਂ ਦੇ ਵੀ ਵੀਡੀਓ ਵਾਇਰਲ ਹੋ ਰਹੀ ਆ। ਗੱਲ ਇਹ ਆ, ਲੋਕਾਂ ਨੂੰ ਘਰੋਂ ਨਹੀਂ ਨਿਕਲਣ ਦੇਣਾ। ਮੈਨੂੰ ਨਹੀਂ ਆਪਣਾ ਜਿਹੜਾ ਆਪਣਾ ਮੁੰਡੇ ਦਾ ਗਰੁੱਪ, ਉਹਦੇ ਵੌਇਸ ਨੋਟ ਆਇਆ ਵਾ ਇੱਕ ਬੰਦੇ ਦਾ, ਮੈਂ ਕਿਹਾ ਇਹ ਵੌਇਸ ਨੋਟ ਕਿੱਥੋਂ ਆ ਗਿਆ ਕਿਸੇ ਦਾ? ਉਹ ਪਾਟੀ ਸਿੰਘ ਹੋ ਰਿਹਾ, ਕਹਿੰਦਾ ਭਾਈ ਅੰਦਰ ਰਹੋ ਬਾਹਰ ਨਾ ਨਿਕਲੋ, ਚੀਤਾ ਫਿਰ ਰਿਹਾ ਹੈਗਾ। ਹਾਂ ਬਿਲਕੁਲ, ਸਰਕਾਰ ਦਾ ਵਿਰੋਧ ਨਾ ਕਰੋ, ਅੰਦਰ ਵੜੋ, ਐਵੇਂ ਚੀਤਾ ਖਾ ਜੂਗਾ। ਮੈਨੂੰ ਤਾਂ ਲੱਗਦੀ ਹੈ ਭਗਵੰਤ ਮਾਨ ਨੇ ਹੀ, ਮੈਨੂੰ ਤਾਂ ਲੱਗਦੀ ਆਪਣੇ ਆੜੀ ਮਾਨ ਸਾਹਿਬ ਨੇ ਹੀ ਛਡਾਇਆ ਹੋਊਗਾ ਕਿ ਐਵੇਂ ਧਰਨੇ ਲਾਈ ਜਾਂਦੇ ਆ ਜਗ੍ਹਾ ਜਗ੍ਹਾ ਮਾਸਟਰਾਂ ਦੇ ਪਿੱਛੇ, ਚੀਤੇ ਪਾਓ। ਜੋ ਮਰਜ਼ੀ ਆ, ਕੱਲ ਤਾਂ ਨਾ ਬੇਸ਼ਰਮੀ ਦੀਆਂ ਹੱਦਾਂ ਜਿਹੜੀਆਂ ਹੁੰਦੀਆਂ ਨੇ ਨਾ, ਪਰ ਇੱਕ ਗੱਲ ਆ, ਬੰਦਾ ਇਮਾਨਦਾਰ ਬਹੁਤ ਆ, ਕਹਿੰਦਾ 97 'ਚ ਕਹਿੰਦਾ ਮੈਨੂੰ ਬਾਦਲਾਂ ਨੇ ਹਾਇਰ ਕਰਿਆ ਸੀਗਾ, ਦੇਖੋ ਚਲੋ ਖਾਣ ਪੀਣ ਵਾਲੀ ਚੀਜ਼ ਹੈ, ਆਪਾਂ ਵੀ ਲਾ ਹੀ ਲੈਣੇ, ਤੁਸੀਂ ਵੀ ਲਾ ਲੈਂਦੇ ਹੋ, ਪਰ ਉਹ ਗੱਲ ਇਹ ਹੈ ਨਾ, ਸਿਆਸਤਦਾਨ ਨਹੀਂ ਹੈ, ਗੱਲ ਨਿਕਲ ਜਾਂਦੀ ਉਹਦੇ ਮੂੰਹ ਚੋਂ ਸੱਚੀ, ਫਿਰ ਬਦਲ ਜਾਂਦਾ ਇੱਕਦਮ ਵੀ, ਹੈ ਆ ਤਾਂ ਗਲਤ ਕਹਿ ਗਏ, 4-5 ਦਿਨ ਦੀ ਗੱਲ ਆ, ਫਿਰ ਉਦੋਂ ਹੀ ਪਲਟ ਜਾਂਦਾ। ਪਰ ਉਹ ਜਿਵੇਂ ਹੁਣ ਮਾਨ ਸਾਹਿਬ ਕਹਿੰਦੇ ਜੇ ਟਿੰਡੇ ਕਹਿੰਦੇ ਛੱਤ 'ਤੇ ਰੱਖ ਦਿਉ, ਕਹਿੰਦੇ ਨਾ ਕੈਪਟਨ ਨੂੰ ਪਤਾ ਲੱਗੇ, ਨਾ ਪ੍ਰਨੀਤ ਕੌਰ ਨੂੰ, ਨਾ ਬਾਦਲ ਨੂੰ, ਕਹਿਣਗੇ ਛੱਤ 'ਤੇ ਫਸਲ ਹੋ ਗਈ। ਭਾਈ
ਕੈਪਟਨ ਅਮਰਿੰਦਰ ਨੇ 1965-70 'ਚ ਸਾਗ ਵੇਚਿਆ ਜਾ ਕੇ ਡੋਚੀ ਫਾਰਮ ਵਾਲਾ ਇੰਗਲੈਂਡ 'ਚ, ਐਡੀ ਵੀ ਗੱਲ ਨਹੀਂ ਕਿ ਉਹਨੂੰ ਇੰਡੀਆ ਦਾ ਨਾ ਪਤਾ ਹੋਵੇ, ਹੈ ਨਾ? ਠੀਕ ਠੀਕ ਇਹਦਾ ਦੌਰ ਲੱਗ ਗਿਆ, ਆਪਾਂ ਨੂੰ ਪਤਾ ਹੀ ਆ, ਠੀਕ ਹੈ ਨਾ? ਤੁਸੀਂ ਵੀ ਚੰਗੀ ਤਰੀਕੇ ਨਾਲ ਜਾਣਦੇ, ਮੈਂ ਵੀ ਜਾਣਦਾ। ਨਾਲੇ ਜਿਹੜਾ ਉਹ ਕਹਿ ਰਿਹਾ, ਕਹਿੰਦੇ ਹਰਸਿਮਰਤ ਬਾਦਲ ਕਹਿੰਦੀ ਲਾਲ ਮਿਰਚਾਂ ਕਿਉਂ ਨਹੀਂ ਬੀਜਦੇ ਯਾਰ, ਐਡੀ ਵੀ ਹੁਣ ਜਾਣ ਨਹੀਂ ਹੈਗੀ ਵੀ ਇਹਨੂੰ ਹਰੀ ਤੇ ਲਾਲ ਮਿਰਚ ਦਾ ਪਤਾ ਨਾ ਹੋਵੇ। ਨਹੀਂ ਹੁਣ ਆਪਣਾ, ਹੁਣ ਕਈ ਵਾਰ ਆਪਾਂ ਜਿਵੇਂ, ਚਲੋ ਆਪਾਂ ਸ਼ਹਿਰੀ ਜੱਟ ਆ, ਹਨਾ, ਆਪਾਂ ਕਹਿ ਦਿੰਦੇ ਵੀ ਜੀਰੀ ਬੀਜਤੀ, ਆਪਣੇ ਤੇ ਹੱਸ ਪੈਂਦੇ ਨੇ ਵੀ ਜੀਰੀ ਲੱਗਦੀ ਆ, ਅੰਗਰੇਜ਼ੀ ਢਿੱਲੀ ਮੱਠੀ ਆ, ਸੋ ਹੋ ਜਾਂਦਾ। ਪਰ ਯਾਰ ਇਹ ਤਾਂ ਨੀ ਕਿ ਉਹਨੂੰ ਹਰੀ ਤੇ ਲਾਲ ਮਿਰਚ ਦਾ ਵਾ ਨਾ ਪਤਾ ਹੋਵੇ, ਪਰ ਇਹ ਮੈਨੂੰ ਨੀ ਲੱਗਦਾ ਕਿਤੇ ਰਿਕਾਰਡ ਹੋਇਆ, ਇਹ ਬਣਾਈ ਹੋਈ ਗੱਲ ਹੈ ਹਸਾਉਣ ਲਈ, ਬਣਾ ਲੈਂਦੇ ਆ ਨੇਤਾ ਬਾਦਲ ਸਾਹਿਬ ਵੀ ਬਣਾ ਲੈਂਦੇ। ਨਹੀਂ ਨਾਗਰਾ ਦੀ ਆੜੀ ਹੈ ਭਾਈ, ਮਨਾਲੀ ਦੀ ਵੀ ਆੜੀ ਹੈ ਤਾਂ ਮਾਨ ਸਾਹਿਬ ਨਾਲ। ਪੁਰਾਣੇ ਸਾਰੇ ਯਾਰ ਦੋਸਤ ਆ ਆਪਸ ਚ, ਸਾਰੀਆਂ ਬਣਦੀਆਂ। ਚਲੋ ਖੈਰ, ਨਾ ਆਪਾਂ ਅੰਦਰੋਂ ਹੀ ਰੇਡੀਓ ਚਲਾਈ ਜਾਣਾ, ਆਪਣੇ ਲਈ ਤਾਂ ਠੀਕ ਹੈ, ਕਿਉਂਕਿ ਚੀਤਾ ਮੇਰੇ ਲਈ ਤਾਂ ਮਤਲਬ ਗਲਤ ਹੈ, ਕਿਉਂਕਿ ਜੇ ਮੈਂ ਅੰਦਰ ਆਵਾਂਗਾ ਜ਼ਿਆਦਾ ਰੇਡੀਓ ਚਲਾਵਾਂਗਾ, ਮਾਨ ਸਾਹਿਬ ਦੀ ਭੰਡੀ ਕਰਾਂਗਾ। ਥੈਂਕ ਯੂ। ਦੇਖੋ ਇਹ ਜਿਹੜੀ ਹੈ ਇਸ ਤਰ੍ਹਾਂ ਦੀ ਦਹਿਸ਼ਤ ਹੈ ਨਾ ਪੰਜਾਬ ਦੇ ਵਿੱਚ, ਇਹ ਟ੍ਰੈਂਡ ਹੈ ਕਿ ਜਦੋਂ ਭਾਈ ਵਾਲ ਕੱਟਣ ਵਾਲੇ ਆਉਂਦੇ ਵਾਲ ਹੀ ਕੱਟੇ ਜਾਂਦੇ, ਕਾਲੇ ਕੱਛਾਂ ਵਾਲੇ ਆਉਂਦੇ ਕਾਲੇ ਕੱਛਾਂ ਵਾਲੇ ਆਈ ਜਾਂਦੇ, ਹੁਣ ਚੀਤੇ ਹੋਣੀ ਆ ਗਏ, ਹੈ ਨਾ? ਸੋ ਇਹ 'ਚ ਤੁਸੀਂ ਵੇਖੋ ਕਿ ਲੋਕਾਂ ਨੇ ਘਰੋਂ ਨਿਕਲੋਂ ਅੜ ਜਾਣਾ, ਅਤੇ ਗਲੀਆਂ ਹੋਵਣ ਸੁੰਨੀਆਂ ਵਿੱਚ ਮਿਰਜ਼ਾ ਯਾਰ ਫਿਰੇ, ਅਤੇ ਫਿਰ ਉਹ ਜਿਹੜੇ ਸਨੈਚਰ ਨੇ ਚੋਰ ਚਕਾਰ ਨੇ ਉਹਨਾਂ ਦਾ ਕੰਮ ਵੱਧ ਜਾਣਾ, ਕਿਉਂਕਿ ਵੈਸੇ ਵੀ ਗਲੀ 'ਚ ਨਿਕਲੋ ਗਾਵਾਂ ਸਿੰਘਾਂ 'ਤੇ ਚੱਕ ਲੈਂਦੀਆਂ, ਕੁੱਤੇ ਪਾੜ ਦਿੰਦੇ, ਹੁਣ ਜੇ ਚੀਤਾ ਆਜੂ ਕੀ ਹੋਜੂ ਪੰਜਾਬੀਆਂ ਦਾ? ਕੁਛ ਨਹੀਂ ਹੋਣ ਵਾਲਾ। ਸੋ ਇਸ ਕਰਕੇ ਆਪਣੇ ਰੋਜ਼ਮਰ੍ਹਾ ਦੇ ਕੰਮ ਕਰੋ। ਸੋ ਇਸ ਕਰਕੇ ਉੱਧਰ ਜੋਗੀ ਦੇ ਰਾਜ 'ਚ ਭੇੜੀਏ ਲੋਕਾਂ ਨੂੰ ਖਾਈ ਜਾਂਦੇ ਆ, ਅਤੇ ਇੱਧਰ ਭਗਵੰਤ ਮਾਨ ਦੇ ਰਾਜ 'ਚ ਭੇੜੀਏ ਲੋਕਾਂ ਨੂੰ ਡਰਾਈ ਜਾਂਦੇ ਆ। ਸੋ ਪੰਜਾਬੀ ਉਹ ਲਾਮਬੰਦ ਹੋਵੋ ਇਕੱਠੇ ਮਨਾਲੀ ਦੇ ਖਾਣਾ, ਚੱਕੋ ਦਨਾਲ, ਠੋਕੋ ਫਿਰੇ ਚੀਤੇ ਚੂਤੇ ਹੋਰਾਂ ਨੂੰ, ਮੁੜ ਕੇ ਭਾਵੇਂ ਮੇਨਕਾ ਗਾਂਧੀ ਪਰਚਾ ਹੀ ਕਰਾ ਦੇਵੇ। ਸੋ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਅਤੇ ਸ਼ਾਮੀ 7:30 ਤੋਂ 9:30 ਤੁਸੀਂ ਲਾਈਵ ਸੁਣਦੇ ਹੋ। ਇਸ ਪ੍ਰੋਗਰਾਮ ਦਾ ਲਿੰਕ ਅਤੇ ਇਸ ਪ੍ਰੋਗਰਾਮ 'ਚ ਗੱਲਬਾਤ ਕਰਨ ਵਾਸਤੇ 9800-7600-5956 ਆਪਣਾ ਨੰਬਰ ਹੈ। ਅਤੇ ਆਪਣਾ ਜੀਰਾ ਤੋਂ ਰਜਿੰਦਰ ਜੀਰਾ ਭਾਅ ਜੀ, ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਰਮਿੰਦਰ ਜੀ, ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਨਮਸਕਾਰਮ ਜੀ, ਨਮਸਕਾਰਮ, ਗੱਲ ਕਰੋ ਜੀਰਾ ਸਾਹਿਬ। ਗੱਲ ਭਾਜੀ ਉਹੀ ਆ, ਤੁਸੀਂ ਗੱਲ ਜਿਹੜੀ ਆਈ ਆਪਾਂ ਕਰ ਰਹੇ ਹਾਂ ਵੀ ਜਿੰਨੇ ਵੀ ਸਾਡੇ ਜ਼ਿੰਮੇਵਾਰ ਲੋਕ ਸੀਗੇ, ਸਭ ਉੱਪਰ ਤੋਂ ਲੈ ਕੇ ਥੱਲੇ ਤੱਕ ਕਿਸੇ ਨੇ ਆਪਦੀ ਸਹੀ ਜ਼ਿੰਮੇਵਾਰੀ ਨਹੀਂ ਨਿਭਾਈ ਜੀ। ਸਹੀ ਗੱਲ। ਤੇ ਜਿੰਨੇ ਵੀ ਆਪਾਂ ਨੂੰ ਇਹ ਹੈਗੇ ਨਾ ਵੀ ਇਹ ਜਿੰਨੇ ਆਪਣੇ ਧਰਮ ਹੈਗੇ ਆ ਤੇ ਵਧੀਆ ਸਿਖਾਉਂਦੇ ਆ, ਪਰ ਆਪਾਂ ਨੂੰ ਇਹ ਸੇਧ ਨਹੀਂ ਸਹੀ ਦੇ ਸਕੇ, ਇਹਨਾਂ ਦਾ ਨਜਾਇਜ਼ ਫਾਇਦਾ ਉਲਟਾ ਅਠਾ ਜੀ ਦਾ ਧਰਮ ਦਾ। ਅਸੀਂ ਆਪ ਨਹੀਂ ਨਾ ਪੜਿਆ, ਅਸੀਂ ਹੁਣ ਗੀਤਾ ਕਹਿੰਦੀ ਹੈ ਕਰਮ ਕਰੋ ਫਲ ਦੀ ਆਸ ਨਾ ਰੱਖੋ, ਪਰ ਅਸੀਂ ਪੰਡਿਤ ਦੇ ਕਹੇ ਤੇ ਪੈਸੇ ਦੇ ਕੇ ਫਲ ਪਾਉਣ ਨੂੰ ਫਿਰਦੇ ਹਾਂ, ਇਹ ਗਲਤ ਹੈ ਨਾ? ਕਸੂਰ ਗੀਤਾ ਦਾ ਨਹੀਂ ਹੈ, ਕਸੂਰ ਕ੍ਰਿਸ਼ਨ ਜੀ ਦਾ ਨਹੀਂ ਹੈ, ਕਸੂਰ ਸਾਡਾ ਹੈ ਜਿਹੜਾ ਅਸੀਂ ਆਪ ਨਹੀਂ ਪੜ੍ਹ ਪਾਏ। ਹੁਣ ਪੰਜਾਬੀ ਹਿੰਦੀ 'ਚ ਪੜ੍ਹ ਨਹੀਂ ਸਕਦੇ ਅਸੀਂ, ਸੰਸਕ੍ਰਿਤ ਚਲੋ ਔਖੀ ਟ੍ਰਾਂਸਲੇਟ ਆ ਗਈ ਹੁਣ ਤਾਂ ਸੁਣ ਸਕਦੇ ਹਾਂ, ਅਸੀਂ ਸੁਣਦੇ ਨਹੀਂ, ਅਸੀਂ ਪੰਡਿਤ ਨੂੰ ਪੂਜਣਾ ਜਾ ਕੇ, ਪੰਡਿਤ ਭਾਵੇਂ ਸਾਡਾ ਪੂਜਾ ਪੂਜਾ 'ਚ ਹੀ ਕੰਮ ਕਰ ਦੇਵੇ, ਪ੍ਰੋਬਲਮ ਇੱਥੇ ਆ ਜੀਰਾ ਸਾਹਿਬ।
ਜਿੰਨਾ ਨਵੀਂ ਜਨਤਾ ਨੇ ਮੋਬਾਇਲ ਦੇ ਵਿੱਚ ਆਪਦੇ ਆਪ ਨੂੰ ਹੰਡਾਇਆ, ਰੁਝੇਵੇ ਕੀਤੇ ਮੋਬਾਇਲ ਦੇ ਵਿੱਚ, ਇਹ ਜਿਹੜੇ ਚੰਗੀਆਂ ਕਿਤਾਬਾਂ ਪੜ੍ਹੀਆਂ ਹੁੰਦੀਆਂ ਇਹਨਾਂ ਸਾਰਿਆਂ ਨੇ, ਜਾਂ ਕਹਿਣ ਦਾ ਮਤਲਬ ਆਪੇ ਇਹਨਾਂ ਨੂੰ ਸਗੋਂ ਸਮਝ ਆ ਜਾਣੀ ਸੀ ਇਹਨਾਂ ਗੱਲਾਂ ਦੀ, ਪਰ ਆਪਾਂ ਉਲਟੇ ਬਿਨੇ ਚੱਲ ਪਿਆ ਜੀ ਸਹੀ ਮਾਇਨੇ ਚ। ਦੂਜੀ ਗੱਲ ਆ, ਹੁਣ ਜਿੰਨੀਆਂ ਵੀ ਆਪਣੇ ਕਹਿਣ ਦਾ ਮਤਲਬ ਆਪਣੇ ਆ ਬੰਗਾਲ ਦੀ ਕੇਸ ਲੈ ਲਓ ਤੁਸੀਂ, ਜਿਹੜੀ ਪਾਰਟੀ ਦਾ ਹੁੰਦੀ ਆ ਦੂਜੀ ਪਾਰਟੀ ਚੁੱਕ ਕੇ ਉਹਦੇ ਅੰਦੋਲਨ ਸ਼ੁਰੂ ਕਰ ਦਿੰਦੀ ਆ। ਕੱਲ ਮੈਂ ਸੁਣਿਆ ਸੀਗਾ ਇੱਕ ਚੈਨਲ ਤੇ ਵੀ ਭਾਜਪਾ ਵਾਲਿਆਂ ਨੇ ਆਪਣੇ ਕੀ ਹੁਗਲੀ ਕੀ ਸੰਦੇਸ਼ ਖਾਲੀ ਕੀ ਕਿੱਥੇ ਚੋਵੀ ਪਰਗਨਾ ਹਰ ਜਗ੍ਹਾ ਆਪਦੇ ਬੰਦਿਆਂ ਨੂੰ ਭੇਜਿਆ ਵੀ ਤੁਸੀਂ ਸਾਰੇ ਜਾਓ ਉੱਥੇ ਆ ਕਰਨ ਲਈ ਅੰਦੋਲਨ, ਤੇ ਦੇਖੋ ਕਿਵੇਂ ਉਹਨਾਂ ਨੂੰ ਇੱਕ ਦੂਜੇ ਨੂੰ ਢਾ ਦੇਣ ਲੱਗੇ ਪਏ ਆ ਪਾਰਟੀਆਂ ਬਾਜੀਆਂ, ਜਿਵੇਂ ਇਹਨਾਂ ਦੀ ਘਰ ਦੀਆਂ ਕੰਪਨੀਆਂ ਵੀ ਬਣਾਈਆਂ ਹੁੰਦੀਆਂ ਵਾ, ਇਸੇ ਸਾਡਾ ਰਾਜ ਹੀ ਆ, ਹੋਰ ਵੀ ਕਿਸੇ ਦਾ ਚੱਲ ਸਕਦਾ, ਬਾਕੀ ਘੱਟ ਉਹ ਮਮਤਾ ਵੀ ਨੀ ਹੈਗੀ ਆਪਾਂ ਨੂੰ ਤਾਂ ਪਤਾ ਹੀ ਇਸ ਗੱਲ ਦਾ, ਤੇ ਕੰਮ ਚੰਗੇ ਕਰਨੇ ਚਾਹੀਦੇ ਸੀਗੇ ਉਹ ਕੀਤੇ ਨੇ। ਮੀਡੀਆ ਨੇ ਬਹੁਤ ਜ਼ਿਆਦਾ ਜਿਹੜਾ ਗਰਕ ਕੀਤਾ ਇਹਨਾਂ ਲੋਕਾਂ ਦੇ ਆ, ਸਹੀ ਮੈਨੇ ਸਹੀ ਰੋਲ ਨੀ ਨਿਭਾਇਆ, ਇਸ ਕਰਕੇ ਉਹਨਾਂ ਨੂੰ ਜ਼ਿਆਦਾ ਇਹਨਾਂ ਨੂੰ ਚੱਕਿਆ ਗਿਆ। ਤੇ ਮੈਂ ਤਾਂ ਇਹੀ ਗੱਲ ਕਹੂੰਗਾ ਜੀ, ਹੁਣ ਜਿਵੇਂ ਸਰਕਾਰਾਂ ਸਾਡੇ ਕੋਲ ਵੀ 5 ਸਾਲ ਹੁੰਦੀਆਂ ਨੇ, ਘੱਟੋ ਘੱਟ 3 ਸਾਲ ਵੀ ਚਾਹੋ ਤੁਸੀਂ ਖਾਈ ਜਾਓ, ਲੁੱਟੀ ਜਾਓ, ਕੁੱਟੀ ਜਾਓ, ਜੋ ਮਰਜ਼ੀ ਕਰੀ ਜਾਓ, 2 ਸਾਲ ਤਾਂ ਜਨਤਾ ਨੂੰ ਦੇ ਦਿਓ ਘੱਟੋ ਘੱਟ 5 ਚੋਂ। ਬਿਲਕੁਲ, ਉਹੀ ਕੰਮ ਚੰਗੇ ਕਰ ਲਓ ਤੁਸੀਂ। ਹੁਣ ਅਸੀਂ ਦੇਖ ਲਓ ਕਿੰਨੇ ਸਾਲ ਹੋ ਗਏ ਆ, ਆ ਜਿਵੇਂ ਤੁਸੀਂ ਦੱਸਿਆ ਸੀਗਾ ਕੈਰੋਂ ਪਰਿਵਾਰ, ਕੈਪਟਨ ਪਰਿਵਾਰ, ਬਾਦਲ ਪਰਿਵਾਰ, ਇਹ ਪਰਿਵਾਰ ਹੀ ਮਗਰ ਲੱਗੇ, ਪਰਿਵਾਰਾਂ ਨੇ ਬੇੜਾ ਗਰਕ ਕਰਤਾ ਜੀ ਸਹੀ ਮਾਇਨੇ ਚ। ਹਰ ਸਟੇਟ ਦੇ ਵਿੱਚ ਹੀ ਜਿੰਨੇ ਪਰਿਵਾਰ ਹੀ ਆ ਰਹੇ ਆ, ਚੰਗਿਆਂ ਬੰਦਿਆਂ ਦੇ ਪਰਿਵਾਰ ਆਏ ਨੀ ਗੇ, ਇਹਨਾਂ ਦੇ ਅੱਗੇ ਲੱਗੀ ਜਾਂਦੇ ਆ। ਆ ਸਾਡੇ ਮੈਨੂੰ ਅੱਜ ਵੀ ਯਾਦ ਆ ਜੀਰੇ ਦੇ ਵਿੱਚ ਪਹਿਲਾਂ ਦੇਖੀਦਾ ਹੁੰਦਾ ਸੀਗਾ ਕਈ ਬੰਦੇ, ਦੁਬਾਰਾ ਜੀ ਮੈਂ ਦੇਖੇ ਹੋਏ ਆ ਕਿੰਨੇ ਕਿੰਨੇ ਸਾਲ ਤੱਕ ਬਜ਼ੁਰਗ ਹੋ ਗਏ ਹੋ, ਪਰ ਉਹ ਝੰਡਾ ਲੈ ਕੇ ਜਿੰਦਾ ਚੱਕ ਲਿਆ ਨਾ ਉਹਦੇ ਹੀ ਲੈ ਕੇ ਚੱਕੀ ਤੁਰੇ ਫਿਰਦੇ ਰਹਿੰਦੇ ਸਾਰੀ ਉਮਰ ਜੀ ਦੇਖੋ। ਉਸੇ ਦੇ ਨਾਲ ਹੀ ਕੋਈ ਵੋਟਾਂ ਹੋਣ ਉਹਦੇ ਹੱਥ ਚ ਕਾਂਗਰਸ ਦਾ ਝੰਡਾ, ਜੇ ਕੋਈ ਪੁਰਾਣੇ ਅਕਾਲੀ ਹੈਗੇ ਤੇ ਉਹ ਤਾਂ ਆਪਾਂ ਨੂੰ ਪਤਾ ਹੀ ਆ ਚਲੋ ਹੈਗੇ ਆ, ਚਲੋ ਹੁਣ ਟਾਈਮ ਬਦਲ ਗਿਆ, ਪਰ ਇਹਨਾਂ ਨੇ ਜੋ ਵੀ ਹੈਗਾ ਧਾਨ ਬਹੁਤ ਕੀਤਾ ਜੀ, ਰਾਜਨੇਤਾ ਜਿੰਨੇ ਵੀ ਲੀਡਰ ਆਪਣੇ ਹੈਗੇ ਆ ਜੀ। ਬਾਕੀ ਮੈਂ ਕਹੂੰਗਾ ਮਾੜਾ ਜਿਹਾ ਲਿੰਕ ਤਾਂ ਤੈਅ ਨੀ ਹੋ ਰਿਹਾ, ਕਰ ਦਿਓ ਮਾੜਾ ਜਿਹਾ ਜੀ, ਧੰਨਵਾਦ ਜੀ। ਮਿਹਰਬਾਨੀ, ਜ਼ਰੂਰ ਜ਼ਰੂਰ, ਥੈਂਕ ਯੂ। ਰਜਿੰਦਰ ਮਿੱਤਲ ਜੀ, ਹਾਂ ਯੂਪੀ ਦੇ ਵਿੱਚ ਨਵੀਂ ਮੀਡੀਆ ਪੋਲਿਸੀ ਆਈ ਹੈ ਕਿ ਜਿਹਨਾਂ ਲੋਕਾਂ ਦਾ ਸੋਸ਼ਲ ਇਨਫਲੂਐਂਸਰ ਨੇ ਨਾ, ਜਿਹੜੇ ਜਿਹਨਾਂ ਕੋਲ ਜ਼ਿਆਦਾ ਪੈਸਾ ਟਕਾ ਆ, ਸੋਰੀ ਫੈਨ ਫੋਲੋਇੰਗ ਹੈ, ਉਹਨਾਂ ਨੂੰ ਮਤਲਬ ਐਡਵਰਟਾਈਜ਼ ਚਲਾਉਣਗੇ। ਹੁਣ ਜਿਵੇਂ ਆਪਣਾ ਆ ਯੂਟਿਊਬ ਚੈਨਲ, ਆਪਾਂ ਸਰਕਾਰ ਦੀ ਐਡ ਲਾਈਏ, ਸਰਕਾਰ ਦੀਆਂ ਪੋਲਿਸੀ ਦਾ ਪ੍ਰਚਾਰ ਕਰੀਏ, ਆਪਾਂ ਨੂੰ ਸਰਕਾਰ ਪੈਸੇ ਦੇਵੇਗੀ। ਜਾਣੀ ਇਸ ਤਰ੍ਹਾਂ ਦੇ ਜਿਹੜੇ ਇਨਫਲੂਐਂਸਰ ਨੇ ਨਾ, ਉਹ ਤਕਰੀਬਨ ਇਸ ਦਾ ਜਿਹੜਾ ਟੇਢਾ ਮਤਲਬ ਹੈ ਨਾ ਕਿ ਸੋਸ਼ਲ ਮੀਡੀਆ 'ਤੇ ਜਿਸ ਤਰ੍ਹਾਂ ਆਜ਼ਾਦਾਨਾ ਪੱਤਰਕਾਰ ਕੰਮ ਕਰਦੇ ਨੇ, ਉਹਨਾਂ ਨੂੰ ਬੁਰਕੀ ਪਾਉਣ ਦੀ ਕਵਾਇਦ ਹੈ। ਹੁਣ ਆਪਾਂ ਤਾਂ ਐਲਾਨ ਕੀਤਾ ਹੋਇਆ ਕਿ ਨਾ ਸਰਕਾਰੀ ਐਡ ਲੈਣੀ ਹੈ, ਨਾ ਸਰਕਾਰੀ ਵਾਰਡ ਲੈਣਾ। ਹੁਣ ਬਹੁਤ ਸਾਰੇ ਜਿਹੜੇ ਯੂਟਿਊਬਰ ਨੇ ਉਹ ਸਰਕਾਰਾਂ ਦੀ ਬੋਲੀ ਬੋਲਦੇ ਨੇ, ਟੇਢੇ ਤਰੀਕੇ ਨਾਲ ਇੰਸਟਾ 'ਤੇ ਜਾਂ ਹੋਰ ਸਰਕਾਰ ਦੀਆਂ ਪੋਲਿਸੀਆਂ ਦਾ ਪ੍ਰਚਾਰ ਕਰਦੇ ਨੇ, ਜਾਂ ਆਪਣੇ ਉਹ ਇਸ ਤਰ੍ਹਾਂ ਦਾ ਪ੍ਰੋਗਰਾਮ ਪੇਸ਼ ਕਰਦੇ ਨੇ ਕਿ ਦੇਖੋ ਜੀ ਆ ਹੁਣ ਇੱਕ ਉਹ ਬੀਬੀ ਹੈ, ਮੈਂ ਨਾਂ ਨਾ ਲਵਾਂ, ਅਤੇ ਉਹ ਬੜਾ ਪ੍ਰਚਾਰ ਕਰਦੀ ਹੈ ਕਿ ਜੀ ਮੇਰੇ ਕਿਸੇ ਰਿਸ਼ਤੇਦਾਰ ਦਾ ਐਕਸੀਡੈਂਟ ਹੋ ਗਿਆ, ਮੈਂ ਜਿਹੜੀ ਸੜਕ ਸੇਵਾ ਲਈ ਨਵੀਂ ਪੁਲਿਸ ਬਣਾਈ ਹੈ ਉਹਨੂੰ ਫੋਨ ਕੀਤਾ ਅਤੇ ਉਹਨਾਂ ਨੇ ਬੜੀ ਸਾਂਭ ਸੰਭਾਲ ਕੀਤੀ, ਅਤੇ ਉਹ ਪੰਜਾਬ ਸਰਕਾਰ ਉਹਨੂੰ ਵਰਤ ਰਹੀ ਹੈ ਬੀਬੀ ਟਾਂਗਰਾ। ਠੀਕ ਹੈ, ਉਹਦੇ 'ਚ ਇਹ ਚੀਜ਼ ਕੀਤੀ ਹੈ, ਸਰਕਾਰ ਨੇ ਆਪਣੀ ਡਿਊਟੀ ਨਿਭਾਈ ਹੈ, ਪਰ ਉਹ ਸਰਕਾਰ ਨੂੰ ਪੋਲਿਸ਼ ਕਰ ਜਾਂਦੀਆਂ ਚੀਜ਼ਾਂ। ਇਸ ਤਰ੍ਹਾਂ ਦੇ ਮਤਲਬ ਪੋਸਟਾਂ ਜਦੋਂ ਤੁਸੀਂ ਪਾਉਂਦੇ ਹੋ ਤਾਂ ਸਰਕਾਰ ਤੁਹਾਨੂੰ ਐਡਵਰਟਾਈਜ਼ ਕਰਦੀ ਹੈ।
ਸੋ ਇਸ ਕਰਕੇ ਇਹ ਜਿਹੜੀ ਮਤਲਬ ਤੁਸੀਂ ਵੇਖੋ ਕਿ ਯੂਪੀ ਹਾਲਾਂਕਿ ਇੰਟਰਨੈਟ ਦੇ ਤੌਰ 'ਤੇ ਐਡਾ ਐਡਵਾਂਸ ਸੂਬਾ ਨਹੀਂ, ਪਰ ਯੂਪੀ ਦੇ ਵਿੱਚ ਜਿਨ੍ਹਾਂ ਦੀਆਂ ਆਪਣੀਆਂ ਆਈਡੀਜ਼ ਨੇ 1-2 ਲੱਖ ਜਾਂ ਜਿੰਨੇ ਵੀ ਉਹ ਰੇਸ਼ੋ ਰੱਖਣਗੇ, ਉਸ ਹਿਸਾਬ ਨਾਲ ਉਹਨਾਂ ਯੂਟਿਊਬਰ ਨੂੰ, ਉਹਨਾਂ ਇੰਸਟਾ ਵਾਲਿਆਂ ਨੂੰ, ਉਹਨਾਂ ਫੇਸਬੁੱਕੀਆਂ ਨੂੰ ਸਰਕਾਰ ਪੈਸਾ ਦੇਵੇਗੀ, 5-5, 10-10 ਹਜ਼ਾਰ ਦੇ ਦੇਗੀ, ਉਹ ਸਰਕਾਰ ਦੇ ਚਾਪਲੂਸ ਬਣ ਜਾਣਗੇ ਜਿਵੇਂ ਵੱਡਾ ਮੀਡੀਆ ਬਣ ਰਿਹਾ। ਸੋ ਇਸ ਕਰਕੇ ਯੂਪੀ ਦੀ ਮਿੱਤਲ ਸਾਹਿਬ ਜਿਹੜੀ ਨਵੀਂ ਸੋਸ਼ਲ ਮੀਡੀਆ ਪੋਲਿਸੀ ਹੈ ਅਤੇ ਉਸ ਦੇ ਵਿੱਚ ਇਹ ਹੈ ਕਿ ਬਾਈ ਸਰਕਾਰ ਦੇ ਹੱਕ 'ਚ ਭੁਗਤੋ, ਥੋੜ੍ਹੀ ਥੋੜ੍ਹੀ ਬੁਰਕੀ ਲਓ, ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰੋਗੇ ਕਿ ਇੱਥੇ ਸੜਕ ਟੁੱਟੀ ਹੈ, ਇੱਥੇ ਆ ਮੰਡੀ 'ਚ ਰੇਟ ਨਹੀਂ ਮਿਲਦਾ, ਅਤੇ ਉਹ ਸਰਕਾਰ ਨੂੰ ਚੁਵੇਗਾ, ਉਹਦੀ ਬਜਾਏ 5-10 ਹਜ਼ਾਰ ਦੀ ਐਡ ਦੇ ਕੇ ਤੁਹਾਡਾ ਮੂੰਹ ਸਿਉਂ ਦੇਣਗੇ, ਇਹ ਹੋਏਗਾ। ਅਯੂਬ ਆਪਣਾ ਲਾਲੀ ਟੋੜਾ ਸਾਹਿਬ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਲੋਕ ਡਰਦੇ ਬਾਹਰ ਨੀ ਨਿਕਲਣਗੇ ਬਾਈ ਜੀ, ਕੱਲਾ ਤੇ ਕੱਲਾ ਖੇਤ ਨੂੰ ਨੀ ਜਾਇਆ ਕਰੂ, ਤੇ ਜਿਹੜਾ ਮੇਰੇ ਵਰਗੇ ਨੇ ਜ਼ਿਆਦਾ ਸੋਹਣਾ, ਜੇ ਪਿਓ ਕਹੂਗਾ ਓਏ ਫਲਾਣੇ ਚੱਲ ਮੋਟਰ ਚਲਾਓ, ਕਹਿਣਾ ਬਾਪੂ ਮਰਨਾ, ਚਿੱਤਾ ਆ ਗਿਆ, ਮਾਂ ਵੀ ਕਹੂਗੀ ਨਾ ਨਾ ਸਰਦਾਰਾ ਚਿੱਤਾ ਫਿਰਦਾ, ਮੈਂ ਆਪਣਾ ਮੁੰਡਾ ਨੀ ਵਰਾਉਣਾ, ਚੱਲੀ ਜਾਣ ਦੇ ਮੋਟਰ, ਰਹਿਣ ਦੇ ਸੁੱਕੇ ਖੇਤ, ਹੈ ਨਾ। ਥਾਣਾ ਸਾਹਿਬ ਜੇ ਹਾਲਾਤ ਜੇ ਤੁਸੀਂ ਯੂਪੀ ਦੇ ਤੁਸੀਂ ਮੈਂ ਤੁਹਾਨੂੰ ਦੱਸਾਂ ਵੀ ਉੱਥੇ ਹਰ ਦਿਨ ਹਰ ਸਾਲ ਮਤਲਬ ਕਿ ਸ਼ੇਰ ਜਿਹੜਾ ਟਾਈਗਰ ਹੁੰਦਾ ਆਉਂਦਾ ਰਹਿੰਦਾ, ਹੁਣ ਵੀ ਆਪਣੇ ਇਲਾਕੇ 'ਚ ਆਇਆ ਹੋਇਆ ਜੀ। ਤੁਸੀਂ ਗੰਨੇ ਦੇ ਵਿੱਚ ਰੇਹ ਪਾਉਣਾ ਸੀ ਤੇ ਮੇਰਾ ਡਰਾਈਵਰ ਨੂੰ ਮੈਂ ਫੋਨ ਕੀਤਾ, ਮੈਂ ਰੇਹ ਪਾਤਾ, ਕਹਿੰਦਾ ਜੀ ਹਾਲੇ ਥੋੜੀ ਦਹਿਸ਼ਤ ਜੀ ਆ ਵੀ ਡਰਦੇ ਨੇ ਲੇ ਲੇਬਰ ਵਾਲੇ ਗੰਨੇ 'ਚ ਵੜਨ ਤੋਂ, ਵੀ ਕਹਿੰਦਾ ਚਲੋ ਰੇਹ ਤਾਂ ਪਾਉਣੀ ਆ, ਮੈਂ ਕੁਛ ਨੀ ਹੁੰਦਾ ਵੀ ਸ਼ੋਰ ਸ਼ਰਾਬੇ ਨਾਲ ਪਾ ਜਾਂ ਪੈਸੇ ਜ਼ਿਆਦਾ ਲੈਣਗੇ, ਜੇ 500 ਲੈਣਾ 1000 ਲੈਣਗੇ ਕਹੇ ਅਸੀਂ। ਨਹੀਂ ਨਹੀਂ ਚਲੋ ਨਹੀਂ, ਲੇਬਰ ਵਾਲੇ ਤਾਂ ਆਪਣੇ ਵਾਲੇ ਨੇ, ਫਿਰ ਵੀ ਚਲੋ ਪਹੁੰਚੋ। ਨਹੀਂ ਆਮ ਬੰਦਾ ਕੋਈ ਵੀ ਹੈ ਰਿਸਕ ਨਹੀਂ ਲਏਗਾ, ਅਗਲਾ ਰਿਸਕ ਦੇ ਰੁਪਈਏ ਜ਼ਿਆਦਾ ਲਏਗਾ, ਕੁਦਰਤੀ ਹੈ। ਹਾਂ ਜੀ ਟਾਣਾ ਸਾਹਿਬ, ਕਈ ਸਾਲ ਪਹਿਲਾਂ ਨਾ ਮੈਂ ਇੱਥੋਂ ਦੀ ਬਸ਼ੈਰ ਕਰਨ ਆਦੀ ਸੀ ਤੇ ਮੈਂ ਨਾ ਤੜਕੇ ਸਾਜਰੇ ਮੂੰਹ ਨੇਰੇ ਉੱਠਿਆ ਤੇ ਮੈਂ ਦੂਜੇ ਫਾਰਮ ਤੇ ਚਲਾ ਗਿਆ, ਆਪਣੇ ਸੁਭਾਸ਼ ਨਗਰ ਵੱਲ ਫਾਰਮ ਸੀ ਜਿਹੜਾ  3 ਕਿਲੋਮੀਟਰ ਪੈਂਦਾ ਸੀ, ਤੇ ਮਨਦੀਪ ਆਪਣਾ ਲੇਟ ਉੱਠਿਆ ਤੇ ਉਹਨੂੰ ਫਿਕਰ ਲੱਗ ਗਿਆ ਤੇ ਆ ਕੇ ਤੇ ਮੈਨੂੰ ਆ ਕੇ ਦੁਬਾਰਾ ਜਦੋਂ ਮੈਂ ਸ਼ੈਰ ਸ਼ੁਰੂ ਕਰਕੇ ਆਇਆ, ਮੇਰੇ ਮੂਹਰੇ ਹੱਥ ਜੁੜ ਕੇ ਹਟ ਗਿਆ, ਕਹਿੰਦਾ ਭਰਾਵਾ, ਕਹਿੰਦਾ ਸ਼ੇਰ ਆਇਆ ਹੋਇਆ, ਕਹਿੰਦਾ ਤੂੰ ਤਾਂ ਕਹਿੰਦਾ ਨਿਕਲ ਗਿਆ ਇੱਥੋਂ, ਕਹਿੰਦਾ ਮੇਰੇ ਕਹਿੰਦਾ ਪੈਰਾਂ ਤੋਂ ਮਿੱਟੀ ਨਿਕਲ ਗਈ, ਮੈਂ ਵੜ ਕੇ ਦੂਏ ਜਾ ਕੇ ਆਪਣੇ ਖੇਤਾਂ ਵੱਲ ਚਲਿਆ ਗਿਆ। ਮਤਲਬ ਟਵਾਣਾ ਸਾਹਿਬ ਰੋਜ਼ ਦਹਿਸ਼ਤ ਰਹਿੰਦੀ ਜੀ, ਕਿਤੇ ਨਾ ਕਿਤੇ ਨਾ ਮਤਲਬ ਰੋਜ਼ ਤਾਂ ਅਟੈਕ ਕਰ ਹੀ ਜਾਂਦਾ, ਜੇ ਰੋਜ਼ ਚਿੱਤੇ ਨਾਲ ਤਾਂ ਉਹ ਵੀ ਜ਼ਿਆਦਾ ਖਤਰਨਾਕ ਹੁੰਦਾ ਜਿਹੜਾ ਟਾਈਗਰ ਆ। ਹਾਂ ਤੇਂਦੂ ਆ, ਗੱਲ ਇਹ ਆ ਨਾ ਕਿ ਉਹ ਤੇਂਦੂ ਹੀ ਜ਼ਿਆਦਾ, ਚੀਤਾ ਤਾਂ ਘੱਟ ਹੈ, ਤੇ ਚੀਤੇ ਤਾਂ ਖਤਮ ਹੀ ਹੋ ਗਏ ਨੇ, ਚੀਤਾ ਤਾਂ ਹੁਣ ਆਪਣਾ ਮੋਦੀ ਸਾਹਿਬ ਲੈ ਕੇ ਆਇਆ ਕੋਨੂੰ ਨੈਸ਼ਨਲ ਪਾਰਕ, ਉਹ ਵੀ ਮਰ ਮੁਰ ਗਏ। ਪਰ ਇਸ ਤਰ੍ਹਾਂ ਦੇਖੋ, ਇਹ ਆਦਮਖੋਰ ਜਾਨਵਰ ਨੇ, ਠੀਕ ਹੈ ਇਹਨਾਂ ਨੂੰ ਜੰਗਲ ਜਿਹੜੀਆਂ ਰੱਖ ਨੇ ਉੱਥੇ ਰੱਖੋ, ਪਰ ਇਸ ਤਰ੍ਹਾਂ ਜਿਹੜੇ ਇਹ ਆਦਮਖੋਰ ਨੇ ਮਾਰਨੇ ਚਾਹੀਦੇ ਆ, ਭਾਵੇਂ ਉਹ ਸੱਪ ਹੈ ਜਾਂ ਉਹ ਆ। ਹੁਣ ਸੱਪ ਨੇ ਜਿਹੜੇ ਲੋਕ ਫੜ ਕੇ ਛੱਡ ਦਿੰਦੇ ਨੇ, ਨਾ ਨਾਗ ਦੇਵਤਾ ਮਾਰਨਾ ਨਹੀਂ, ਪਰ ਜਿਹੜੇ ਬੱਚੇ ਮਰਦੇ ਨੇ, ਜਿਹੜੇ ਲੋਕ ਰੋਜ਼ ਮਰਦੇ ਨੇ, ਸੋ ਆਦਮ ਤੋਂ ਵੱਧ ਤਾਂ ਕੋਈ ਚੀਜ਼ ਨਹੀਂ ਹੈ, ਪਰ ਆਦਮਖੋਰ ਨੂੰ ਪਾਲ ਰਹੇ ਹਾਂ, ਆਦਮ ਨੂੰ ਅਸੀਂ ਮਾਰ ਰਹੇ ਹਾਂ। ਹੋ ਜਾਣਾ ਜੀ, ਹੋ ਜਾਣਾ, ਬਹੁਤ ਸਾਰੇ ਲੋਕ ਨਹੀਂ ਮਾਰਦੇ। ਆ ਹੁਣ ਜਿਹੜੇ ਜੈਨੀ ਨੇ, ਇਹ ਨੰਗੇ ਪੈਰੀ ਕਿਉਂ ਤੁਰਦੇ ਆ? ਕਿ ਉਹਨਾਂ ਦੇ ਜੁੱਤੀ ਹੇਠ ਆ ਕੇ ਕੀੜੇ ਮਰ ਜਾਣਗੇ। ਪਰ ਭਾਈ ਤੁਸੀਂ ਵਿਹਲੇ ਹੋ, ਜੇ ਤੁਸੀਂ ਕੰਮ ਕਰੋਗੇ, ਕੁਛ ਸੁਸਾਇਟੀ ਨੂੰ ਕੰਟਰੀਬਿਊਟ ਕਰੋਗੇ। ਹੁਣ ਤਾਂ ਤੁਸੀਂ ਆ ਕੇ ਮੂੰਹ 'ਤੇ ਵੀ ਕੱਪੜਾ ਰੱਖ ਲਿਆ ਅਤੇ ਸਰੀਰ 'ਤੇ ਵੀ ਇੱਕ ਰੱਖ ਲਿਆ, ਪਰ ਸਮਾਜ ਲਈ ਕੰਟਰੀਬਿਊਸ਼ਨ ਕੀ ਹੈ? ਕੀ ਤੁਸੀਂ ਲੇਬਰ ਕਰਦੇ ਹੋ? ਕੀ ਤੁਸੀਂ ਆਫਿਸਰ ਹੋ? ਕੀ ਤੁਸੀਂ ਮੀਡੀਆ 'ਚ ਹੋ? ਸੁਸਾਇਟੀ ਨੂੰ ਕੀ ਦੇ ਰਹੇ ਹੋ? ਬਲਕਿ ਅਮੀਰ ਜੈਨੀਆਂ ਦੇ ਪੈਸੇ ਤੋਂ ਤੁਸੀਂ ਬਸ ਆਪਣੇ ਰੱਬ ਦਾ ਨਾਂ ਲੈ ਰਹੇ ਹੋ, ਫਾਇਦਾ ਕੀ ਹੈ? ਤੁਹਾਨੂੰ ਨਿੱਜੀ ਫਾਇਦਾ ਹੋ ਸਕਦਾ, ਪਰ ਸੁਸਾਇਟੀ ਨੂੰ ਤੁਹਾਡਾ ਕੀ ਫਾਇਦਾ? ਜੰਗਲ ਪੈਣ ਦਾ ਉੱਥੇ ਨਾ ਸ਼ੁਪਰੀ ਪਿੰਡ ਦੇ ਪ੍ਰਧਾਨ ਸੀ, ਉਹਨਾਂ ਦੇ ਕਿਤੇ ਉਹਨਾਂ ਦੇ ਨੌਕਰਾਂ ਨੇ ਉਹਨਾਂ ਨੇ ਲਾ ਦੀ, ਮਜ਼ਦੂਰਾਂ ਨੇ ਆਪਣੇ ਫੜਨ ਵਾਸਤੇ, ਸੂਰ ਫੜਨ ਵਾਸਤੇ ਜਾਲ ਲਾ ਤਾ ਜੀ।
ਉਹਦੇ ਵਿੱਚ ਸ਼ੇਰ ਫਸ ਗਿਆ ਜੀ, ਜਿਹੜਾ ਬਾਘ ਹੁੰਦਾ ਜਿਹਨੂੰ ਆਪਾਂ ਟਾਈਗਰ ਕਹਿੰਦੇ ਹਾਂ, ਉਹ ਤਾਂ ਜੀ ਉਹ ਜਿੰਨਾ ਜ਼ਿਆਦਾ ਉਹਨੇ ਖਿੱਚਿਆ ਤੇ ਉਨਾ ਜ਼ਿਆਦਾ ਟਾਈਟ ਹੋ ਗਿਆ ਜੀ, ਉਹ ਰਾਤ ਦੇ ਵਿੱਚ ਸਵੇਰ ਤੱਕ ਉਹ ਮਰ ਗਿਆ ਜੀ। ਹਾਂ ਪਰਚਾ ਹੋ ਗਿਆ ਲੋਕ ਉਹਦੇ ਨਾਲ ਤੇ। ਹਾਂ ਜੀ ਪਰਚਾ ਹੋ ਗਿਆ, ਹਾਂ ਜੀ ਕੁਲਵਿੰਦਰ ਪ੍ਰਧਾਨ ਜੀ ਦੇ ਬੇਟੇ ਤੇ, ਉਹ ਤੁਸੀਂ ਇਹ ਦੇ ਲਓ 3-2-3 ਮਹੀਨੇ ਵਿਚਾਰਾ ਜੇਲ ਕੱਟ ਕੇ ਆਇਆ। ਮਤਲਬ ਕਿਸੇ ਦੀਆਂ ਕਰੀਆਂ ਕੀ, ਮਤਲਬ ਉਹ ਕਹਿੰਦੇ ਵੀ ਪ੍ਰੈਫਰੈਂਸ ਜ਼ਿਆਦਾ ਉਹਨਾਂ ਨੂੰ ਦਿੰਦੇ ਨੇ ਆਦਮਖਰ ਜਾਨਵਰਾਂ ਨੂੰ ਦਿੰਦੇ ਨੇ, ਬੰਦੇ ਦਾ ਕੋਈ ਉਹ ਨੀ, ਉਹਦਾ ਕੋਈ ਕਸੂਰ ਨੀ ਸੀ, ਉਹਨੂੰ ਕੋਈ ਨੀ ਪਤਾ ਹੈਗਾ ਸਾਡੇ ਨੌਕਰ ਕੀ ਕਰਦੇ ਨੇ, ਨਹੀਂ ਕਿ ਨਹੀਂ ਕੀ ਕਰਦੇ ਨੇ। ਚਲੋ ਜੀ ਤੁਸੀਂ ਉਹਨੂੰ ਬਹੁਤ ਔਖਾ ਮਤਲਬ ਜਵਾਨ ਤੋਈ ਆ ਜੀ, ਉਹ ਲਾ ਬੜਾ ਉਹਨਾਂ ਦਾ ਉਹ ਆ ਜੀ ਸਟ੍ਰਿਕਟ ਬਹੁਤ ਆਇਆ। ਆਹਦਾ ਬਾਂਦਰ ਨਹੀਂ ਸੀ ਆਪਣੇ ਆਪਣੇ ਏਰੀਏ 'ਚ ਬਾਂਦਰ ਮਰ ਗਿਆ ਸੀ ਜਦੋਂ ਮੈਂ ਗਿਆ ਸੀ, ਉਦੋਂ ਦੱਸਦੇ ਸੀ ਕਹਿੰਦੇ ਮੋਟਰਸਾਈਕਲ ਦੇ ਥਾਂ ਆ ਕੇ ਬਾਂਦਰ ਮਰ ਗਿਆ, ਤੇ ਉਹ ਮੋਟਰਸਾਈਕਲ ਵਾਲੇ ਤੇ ਪਰਚਾ ਹੋ ਗਿਆ ਕਿ ਤੂੰ ਬਾਂਦਰ ਮਾਰਤਾ ਮੋਟਰਸਾਈਕਲ ਥੱਲੇ ਦੇ ਕੇ, ਦੱਸੋ। ਬਹੁਤ ਆਦਮਖਾਰ ਹੋਏ ਪਏ ਨੇ ਜੀ ਬਾਂਦਰ, ਮਤਲਬ ਕਿ ਨਾਲੇ ਕੁੱਟ ਦਿੰਦੇ ਨਾਲੇ ਉਹ ਮਤਲਬ ਪਾੜ ਦਿੰਦੇ ਨੇ ਬੰਦੇ ਨੂੰ ਤੇ ਉਹ ਕਰਕੇ ਨਾਲੇ ਸਮਾਨ ਲੈ ਜਾਂਦੇ। ਬਿਲਕੁਲ 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 ਬਿਲਕੁਲ, ਥੈਂਕ ਯੂ, ਮਿਹਰਬਾਨੀ ਤੁਹਾਡਾ ਸਾਹਿਬ, ਥੈਂਕ ਯੂ, ਮਿਹਰਬਾਨੀ। ਬਾਈ ਜੀ ਫਰੀਦਕੋਟ ਵਾਲੇ ਨੀਲਾ ਸਿੰਘ ਦੀ ਵੀ ਕੌਲ ਮਿਸ ਆ, ਹੋਰ ਬਹੁਤ ਸਾਰੇ ਵੀਰਾਂ ਦੀਆਂ ਕੌਲ ਮਿਸ ਆਈਆਂ, ਧੰਨਵਾਦ। ਅਤੇ ਲਓ ਫਿਰ ਦੋਸਤੋ, ਇਸ ਦੇ ਨਾਲ ਹੀ ਹੁਣ ਵਕਤ ਤੁਹਾਡੇ ਤੋਂ ਵਿਦਾਇਗੀ ਦਾ ਹੋ ਗਿਆ, ਤੁਹਾਡੇ ਬਹੁਤ ਸਾਰੇ ਵੀਰਾਂ ਦੇ ਕਮੈਂਟ ਨੇ, ਸਭ ਸੱਜਣਾਂ ਦਾ ਧੰਨਵਾਦ। ਅਤੇ ਇਸ ਦੇ ਨਾਲ ਹੀ ਹੁਣ ਵਕਤ ਤੁਹਾਡੇ ਤੋਂ ਹੋ ਗਿਆ ਦੋਸਤੋ ਵਿਦਾਇਗੀ ਦਾ, ਅਤੇ ਡਾਕਟਰ ਪਿਆਰੇ ਲਾਲ ਗਰਗ ਸਾਹਿਬ ਹੋਰਾਂ ਦੀ ਇੰਟਰਵਿਊ ਪਈ ਹੈ, ਵੱਖ ਵੱਖ ਵਿਸ਼ਿਆਂ 'ਤੇ ਬੜੀ ਲੰਮੀ ਚੌੜੀ ਗੱਲਬਾਤ ਹੋਈ ਹੈ, ਜ਼ਰੂਰ ਸੁਣਿਓ ਅਤੇ ਅੱਗੇ ਸ਼ੇਅਰ ਅਤੇ ਸਾਂਝੀ ਜ਼ਰੂਰ ਕਰਿਓ। ਅਤੇ ਕਮੈਂਟ ਕੁਝ ਮੇਰੇ ਕੋਲੋਂ ਡਿਲੀਟ ਹੋ ਗਏ, ਵੀਰ ਸਿੱਧੂ ਮੋਡੈਸਟੋ ਤੋਂ, ਸਰਬਰਾੜ ਮੁਕਤਸਰ, ਰਾਜਨ ਸੈਣੀ ਸਾਹਿਬ ਆਏ ਨਹੀਂ, ਕਵਿਤਾ ਸੁਣਾਉਣੀ ਸੀ ਕਹਿੰਦੇ। ਚਲੋ ਨੀਲਾ ਸਿੰਘ ਆ ਗਿਆ ਜੀਰਾਂ ਵਾਲੇ, ਸਤਿ ਸ਼੍ਰੀ ਅਕਾਲ ਫਰੀਦਕੋਟ। ਸਾਰੇ ਸਰੋਤੇ ਨੂੰ, ਇੱਕ ਵੀਰ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਵੀ 2.5 ਘੰਟੇ ਵਧੀਆ ਨਜ਼ਾਰਾ ਆ ਜਾਂਦਾ ਸੁਣਦਾ ਉਹਨੂੰ, ਨਾਲੇ ਅਸੀਂ ਕੰਮ ਕਰ। ਹਾਂ ਨਸਰਾਲਾ ਸਾਹਿਬ ਸੀਗੇ ਬਾਈ ਜੀ, ਯੂਕੇ ਤੋਂ, ਕੁਲਾਰ ਸਾਹਿਬ। 7 ਵਜੇ ਦਾ ਲੱਗਿਆ ਜੀ ਮੈਂ ਪਲਾਟ ਦੇ ਵਿੱਚ, ਪਾਲਕ ਮੂਲੀਆਂ ਪਾਲਕ ਮੂਲੀਆਂ ਬੀਜਣ ਦਾ। ਹਾਂਜੀ ਰਹਿ ਗਈ ਗੱਲ ਇੱਕ, ਮੈਂ ਲੈਣ ਗਿਆ ਜੀ ਮੂੰਗਫਲੀ 1.5 ਮਹੀਨਾ ਪਹਿਲਾਂ ਕੱਚੀ, ਬੀਜਣ ਵਾਸਤੇ ਤੇ ਆਉਂ ਤਾਂ ਮਿਲਦੀ ਨੀ ਵੀ ਭੰਡਾਰਾਂ ਦੇ ਇੱਧਰ, ਮੈਂ ਦੁਕਾਨ ਤੇ ਜਾਂਦਾ ਰਿਹਾ, ਮੈਂ ਕਿਹਾ ਯਾਰ ਤੁਸੀਂ ਪੋਏ ਪਾਸੇ ਵਾਸਤੇ ਦਿੰਦੇ ਹੁੰਦੇ ਹੋ, ਮੂੰਗਫਲੀ ਹੈਗੀ ਆ ਕੱਚੀ? ਕਹਿੰਦੇ ਹਾਂ। ਕਹਿੰਦੇ ਤੁਸੀਂ ਕੀ ਕਰਨੀ ਹੈ? ਮਾਜਣੀ ਸੀ। ਮੈਂ ਕਿਹਾ ਜੀ ਬੀਜਣੀ ਹੈ। ਕਹਿੰਦੇ ਕਿੱਥੇ ਬੀਜੋਗੇ? ਮੈਂ ਕਿਹਾ ਨੀਚੇ। ਕਹਿੰਦੇ ਇਹਦਾ ਵੱਡਾ ਪੇੜ ਬਣ ਜਾਂਦਾ ਵੀ ਜਿਵੇਂ ਬੜਾ, ਮੈਂ ਲੈ ਕਰ ਲਾ ਗੱਲ ਯਾਰ ਆਪਣੇ, ਵੈਸੇ ਚੂਹੇ ਖਾ ਜਾਂਦੇ ਉਹਨੂੰ ਜ਼ਿਆਦਾ, ਆਪਣੇ ਹੋਣ ਨਹੀਂ ਦਿੰਦੇ ਚੂਹੇ, ਆਪਣੇ ਆਪਣਾ ਜਿਹੜਾ ਸ਼ੈਲੀ ਨੇ ਬੀਜੀ ਸੀ ਬਾਈ ਜੀ ਨੇ ਬਨੂੜ ਵਾਲਿਆਂ ਨੇ, ਹੋ ਜਾਂਦੀ ਹੈ ਮੂੰਗਫਲੀ ਹੁਣ ਪੰਜਾਬ 'ਚ। ਦਿਵਾਲੀ ਦੇ ਗੇਟ 'ਚ ਜਾ ਕੇ ਗਾਂ ਜਾ ਕੇ ਪੱਟੀ ਜਾਂਦੀ ਹੈ, ਦਿਵਾਲੀ ਲੰਘੀ ਤੋਂ ਮੇਰੇ ਖਿਆਲ ਨਾ। ਹਾਂਜੀ ਦਿਵਾਲੀ ਦੇ ਆਸ ਪਾਸੇ ਪੱਟੀ ਜਾਂਦੀ ਹੈ ਜੀ। ਹਾਂ ਵੱਟਾਂ ਤੇ ਲਾਈ, ਵੱਟਾਂ ਤੇ ਲਾਈ, ਸਾਗਰ ਗੰਦੀ ਵੀ ਲਾਈ ਹੈ ਜੀ, ਇਹ ਵੀ ਲਾਈ ਜਾਂਦੇ। ਮੈਂ ਵੀ ਪਿਛਲੇ ਸਾਲ ਲਾਈ ਸੀ, ਪਾਣੀ ਚ ਮਰ ਗਈ, ਵੈਸੇ ਹੋ ਜਾਂਦੀ ਆਰਾਮ ਨਾਲ। ਜੀਰਾ ਸਾਰਾ ਆਪਣੇ ਸਾਰੀ ਚੀਜ਼ ਹੁੰਦੀ ਯਾਰ, ਅਜੀ ਕਰਦੇ ਨਹੀਂ, ਮੈਂ 2 ਘੰਟੇ ਲਾਉਣਾਗਾ। ਵੈਰੀ ਗੁੱਡ, ਨਾਲੇ ਸਰੀਰ ਸੈੱਟ, ਨਾਲੇ ਖੁਰਾਕ ਵਧੀਆ ਸ਼ੁੱਧ। ਪਹਿਲਾਂ ਤਾਂ 8 ਕਿਲੋਮੀਟਰ ਸੈਰ ਕਰਕੇ ਆਉਣਾ ਨਹਿਰਾਂ ਤੇ, ਓ ਤੜਕੇ 4:45 ਵਜੇ ਚੱਲਦੇ ਆ, ਉਹ ਪੁੱਲ ਤੋਂ ਮੁੜਦੇ ਆ ਦੂਜੇ ਤੋਂ ਇਧਰੋਂ, ਠੀਕ ਹੈ ਜੀ, ਆ ਕੇ ਫਿਰ ਪੀ ਕੇ ਚਾਹ ਦੀ ਘੁੱਟੇ 'ਚ ਆ ਜਾਈਦਾ ਪਲਾਟ ਦੇ ਵਿੱਚ। ਹੁਣ ਅੱਛਾ, ਜਿਹੜੀਆਂ ਜੰਗਲੀ ਜੀਰ ਆ ਸਾਡੇ ਵੀ ਨੇੜੇ ਤੇੜੇ ਹੈਗੀ, ਉਹ ਪੱਕਦੀ ਨਹੀਂ, ਉਹ ਪਹਿਲਾਂ ਹੀ ਮਰਝਾ ਕੇ ਸੁੱਕ ਜਾਂਦੀਆਂ ਨੇ ਨਾ, ਪੱਕਦੀ ਘੱਟ। ਕੀ ਬਿਮਾਰੀ, ਮੈਂ ਕੋਟਪੁਰੇ ਦੇਖੀ, ਉਹ ਬਾਹਲੀ ਵੱਡੀ ਪਾੜ ਜੇ ਜਾਂਦੀ ਆ, ਹੋਰ ਹੀ ਸਵਾਦ ਬਣ ਜਾਂਦਾ ਉਹਦਾ। ਛੋਟੀ ਵੀ ਹੁੰਦੀ ਆ ਜੰਗਲੀ ਜੀਰ। ਹਾਂਜੀ ਹਾਂਜੀ,
ਦੋ ਕਲਮਾ ਉਹ ਮੈਂ ਲਾਈ ਜਾਣਾ ਥੱਲੇ ਕੱਟ ਕੇ ਲਿਆਇਆਗਾ, ਮੈਂ ਕਿਹਾ ਤਿਆਰ ਕਰਦਾ, ਇੰਨੇ ਤੁਹਾਡਾ ਫੋਨ ਆ ਗਿਆ। ਥੈਂਕ ਯੂ ਤੇ ਹਾਂਜੀ ਹਾਂਜੀ ਧੰਨਵਾਦ ਜੀ, ਮਿਹਰਬਾਨੀ, ਦੀਪ ਪ੍ਰਚਾਵਾ ਰਹਿੰਦਾ ਨਾਲੇ ਅਸੀਂ ਕੰਮ ਨਾਲ ਜੁੜੇ ਆ ਦੇਖ। ਥੈਂਕ ਯੂ ਬਾਈ ਜੀ, ਦੁਨੀਆ ਦੀਆਂ ਖਬਰਾਂ ਸੁਣਦੇ ਆ। ਥੈਂਕ ਯੂ ਬਾਈ ਜੀ, ਨੀਲਾ ਸਿੰਘ ਫਰੀਦਕੋਟ ਵਾਲਿਓ, ਅੰਜੀਰਾਂ ਵਾਲਿਓ, ਥੈਂਕ ਯੂ ਥੈਂਕ ਯੂ। ਸੋ ਲਓ ਦੋਸਤੋ ਧੰਨਵਾਦ, ਸੋ ਇਸ ਦੇ ਨਾਲ ਹੀ ਫਿਰ ਹੁਣ ਤੁਹਾਡੇ ਤੋਂ ਆਗਿਆ ਅਤੇ ਧੰਨਵਾਦ, ਸਤਿ ਸ਼੍ਰੀ ਅਕਾਲ, ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।